ਜੀ ਮੈਂ ਆਫਤਾਬ ਅਹਿਮਦ ਤਾਬੀ ਹਾਜ਼ਰ ਹਾਂ ਔਰ ਤੁਸਾਂ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਫਰਮਾਇਸ਼ ਕੀਤੀ ਕਿ ਆਸਫ ਅਲੀ ਨੂੰ ਦਾ ਇੰਟਰਵਿਊ ਲੈ ਕੇ ਆਓ। ਆਸਫ ਅਲੀ ਸੁਪਰ ਸਟਾਰ ਇਸਲਾਮਾਬਾਦ ਯੂਨਾਈਟਿਡ ਦਾ ਔਰ ਪਾਕਿਸਤਾਨ ਟੀਮ 'ਚ ਵੀ ਆ ਗਿਆ ਔਰ ਇਨਸ਼ਾਅੱਲਾ ਤਾਲਾ ਉਹ ਦਿਨ ਦੂਰ ਨਹੀਂ ਕਿ ਜਦੋਂ ਇਹ ਪਾਕਿਸਤਾਨ ਟੀਮ ਦਾ ਵੀ ਸੁਪਰ ਸਟਾਰ ਬਣੇਗਾ ਔਰ ਇਹਨਾਂ ਨਾਲ ਫੈਸਲਾਬਾਦ ਦੀ ਪੰਜਾਬੀ 'ਚ ਗੱਲ ਹੋਏਗੀ। ਮਗਰ ਤੁਹਾਡੇ ਲੋਕਾਂ ਨਾਲ ਮੈਨੂੰ ਇੱਕ ਸ਼ਿਕਾਇਤ ਹੈ, ਤੁਸੀਂ ਸਈਦ ਅਜਮਲ ਦਾ ਇੰਟਰਵਿਊ 3.5 ਲੱਖ ਲੋਕਾਂ ਨੇ ਵੇਖਿਆ, ਉਮਰ ਅਕਮਲ ਦਾ ਇੰਟਰਵਿਊ 1.5 ਲੱਖ ਲੋਕਾਂ ਨੇ ਵੇਖਿਆ, ਮਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤਾਂ ਬੜੀ ਮਿਹਰਬਾਨੀ ਜਨਾਬ। ਮੈਂ ਤੁਹਾਡੇ ਵਾਸਤੇ ਬਹੁਤ ਨਵੇਂ ਅਤੇ ਸੁਪਰ ਸਟਾਰਾਂ ਦਾ ਇੰਟਰਵਿਊ ਲੈ ਕੇ ਆਉਂਦਾ ਰਹਾਂਗਾ, ਮਗਰ ਮੇਰਾ ਚੈਨਲ ਵੀ ਸਬਸਕ੍ਰਾਈਬ ਕਰੋ ਅਤੇ ਨਾਲ ਜਿਹੜਾ ਟੱਲੀ ਦਾ ਨਿਸ਼ਾਨ ਬਣਿਆ ਹੁੰਦਾ ਨਾ ਉਹਨੂੰ ਵੀ ਕਲਿੱਕ ਕਰੋ ਤਾਂ ਕਿ ਮੇਰਾ ਇੰਟਰਵਿਊ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ। ਅਤੇ ਮੇਰੇ ਨਾਲ ਵਾਅਦਾ ਕਰੋ ਕਿ ਅੱਜ ਦਾ ਇੰਟਰਵਿਊ ਵੇਖਣ ਤੋਂ ਪਹਿਲੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋਗੇ ਅਤੇ ਆਸਫ ਨਾਲ ਗੁਫਤਗੂ ਕਰਨੇ ਆ ਅਤੇ ਉਹ ਵੀ ਫੈਸਲਾਬਾਦੀ ਪੰਜਾਬੀ 'ਚ। ਤੁਸੀਂ ਕਹੋਗੇ ਕਿ ਮੈਨੂੰ ਫੈਸਲਾਬਾਦੀ ਪੰਜਾਬੀ ਕਿਸ ਤਰ੍ਹਾਂ ਆਉਂਦੀ ਹੈ, ਅਤੇ ਜਨਾਬ ਮੈਂ ਇੱਕ ਫਾਰਮਾਸੂਟੀਕਲ ਦਾ ਜ਼ੋਨਲ ਮੈਨੇਜਰ ਸਾਂ ਅਤੇ ਈਸਾ ਖੇਲ ਤੋਂ ਲੈ ਕੇ ਜੜ੍ਹਾਂ ਵਾਲੇ ਤੱਕ ਅਤੇ ਮਲਕਵਾਲ ਤੋਂ ਲੈ ਕੇ ਟੋਬਾ ਟੇਕ ਸਿੰਘ ਪੀਰ ਮਹਿਲ ਕਮਾਲੀਆ ਤੱਕ ਇਹ ਸਾਰੇ ਇਲਾਕੇ ਮੈਂ 12 ਸਾਲ ਤੱਕ ਫਿਰੇ ਹੋਏ ਨੇ ਔਰ ਅਲਹਮਦੁਲਿਲਾ ਕੋਸ਼ਿਸ਼ ਕੀਤੀ ਕਿ ਸਾਰੀਆਂ ਜ਼ੁਬਾਨਾਂ ਸਿੱਖੀਆਂ ਜਾਣ ਔਰ ਕਿੰਨਾ ਕਾਮਯਾਬ ਹੋਣਾ ਇਹਦਾ ਫੈਸਲਾ ਤੁਸੀਂ ਕਰਨਾ, ਮਗਰ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਟੱਲੀ ਦਾ ਨਿਸ਼ਾਨ ਵੀ ਜ਼ਰੂਰ ਕਲਿੱਕ ਕਰਨਾ। ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰਨੇ ਜੀ ਆਸਫ ਅਲੀ ਨਾਲ। ਆਸਫ ਅਲੀ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ, ਠੀਕ ਹੋ? ਮੈਂ ਠੀਕ ਠਾਕ। ਸਈਦ ਅਜਮਲ ਦਾ ਜਿਹੜਾ ਮੈਂ ਸ਼ਾਰਜੇ 'ਚ ਇੰਟਰਵਿਊ ਕੀਤਾ ਸੀ ਉਹ ਦੇਖਿਆ ਸੀਗਾ? ਜੀ ਜੀ ਦੇਖਿਆ ਜੀ, ਬਹੁਤ ਵਧੀਆ ਸੀ। ਮੈਂ ਦੇਖ ਰਿਹਾ ਸੀ ਕਿ ਪਤਾ ਨਹੀਂ ਪੰਜਾਬੀ 'ਚ ਲਿਆ ਕੇ ਉਹੀ ਵਾਹਦ ਇੰਟਰਵਿਊ ਜੋ ਪੰਜਾਬੀ 'ਚ ਕੀਤਾ ਹੈ ਅਤੇ ਅੱਜ ਵੀ ਤੁਸੀਂ ਕਹਿ ਰਹੇ ਹੋ ਪੰਜਾਬੀ 'ਚ। ਮੈਂ ਕਿਹਾ ਯਾਰ ਓਪਰਾ ਜਿਹਾ ਨਹੀਂ ਲੱਗੇਗਾ ਕਿ ਤੁਸੀਂ ਕਹਿ ਰਹੇ? ਨਹੀਂ, ਬਹੁਤ 3.5 ਲੱਖ ਬੰਦਿਆਂ ਨੇ ਦੇਖਿਆ ਸਈਦ ਭਾਈ ਦਾ ਜੋ ਇੰਟਰਵਿਊ ਤਾ, ਅਤੇ ਮੈਂ ਕਿਹਾ ਚਲੋ ਠੀਕ ਹੈ ਜੀ, ਫਿਰ ਵਧੀਆ ਲੱਗੇਗਾ ਮੈਨੂੰ ਵੀ। ਨਹੀਂ ਇਹ ਪਤਾ ਕੀ ਹੈ, ਮੈਂ ਕੋਈ ਪ੍ਰੈਜੂਡਿਸ ਨਹੀਂ ਹੈਗਾ, ਮੈਂ ਕੋਈ ਮੁਤਾਸਬ ਨਹੀਂ ਹੈਗਾ। ਮੇਰਾ ਇੱਕੋ ਹਰ ਪ੍ਰੋਗਰਾਮ 'ਚ ਮੈਂ ਉਮਰ ਅਕਮਲ ਦਾ ਵੀ ਪੰਜਾਬੀ 'ਚ ਕੀਤਾ, ਜਾਵੇਦ ਦਾ ਵੀ ਕੀਤਾ, ਅਤੇ ਮੈਨੂੰ ਪੂਰੇ ਪਾਕਿਸਤਾਨ ਤੋਂ ਦੂਸਰੇ ਮੁਲਕਾਂ ਤੋਂ ਵੀ ਸ਼ਾਬਸ਼ ਮਿਲ ਰਹੀ ਹੈ ਕਿ ਇੱਕੋ ਹੀ ਚੈਨਲ ਸੀ ਨਿਊਜ਼, ਆਪਣਾ ਨਿਊਜ਼, ਉਹ ਬੰਦ ਹੋ ਗਿਆ ਅਤੇ ਆਪਣੀ ਜ਼ੁਬਾਨ ਦਾ ਕੋਈ ਚੈਨਲ ਹੀ ਨਹੀਂ ਹੈਗਾ, ਬਾਕੀ ਸਾਰੀ ਜ਼ੁਬਾਨਾਂ ਦੇ ਹੈਗੇ। ਅਤੇ ਮੈਂ ਕਿਹਾ ਚਲੋ ਛੋਟੀ ਜਿਹੀ ਵੀ ਡਿਊਟੀ ਕਰ ਲਓ, ਇਹ ਹੁਣੇ ਮੈਂ ਉਮੈਦ ਆਸਫ ਨਾਲ ਇੰਟਰਵਿਊ ਕੀਤਾ, ਮੈਂ ਉਰਦੂ 'ਚ ਕੀਤਾ। ਜਿਹੜਾ ਬੰਦਾ ਪੰਜਾਬੀ ਨਹੀਂ ਬੋਲ ਸਕਦਾ ਉਹਦੇ ਨਾਲ ਨਾ ਬੋਲੋ, ਬਾਕੀ ਜਿਹੜੇ ਪੰਜਾਬੀ ਸਾਡੀ ਮਾਂ ਬੋਲੀ ਆ, ਸਾਨੂੰ ਮਾਂ ਬੋਲੀ ਦੀ ਇੱਜ਼ਤ ਵੀ ਕਰਨੀ ਚਾਹੀਦੀ ਅਤੇ ਇਹਨੂੰ ਜ਼ਿੰਦਾ ਵੀ ਕਰਨਾ ਚਾਹੀਦਾ। ਤੁਸੀਂ ਕੀ ਕਹੋਗੇ? ਨਹੀਂ, ਬੜੀ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜਿਹਨਾਂ ਨੂੰ ਪੰਜਾਬੀ ਆਉਂਦੀ ਉਰਦੂ ਆਉਂਦੀ ਨਹੀਂ, ਅਤੇ ਉਹ ਸਾਡਾ ਇੰਟਰਵਿਊ ਸੁਣ ਕੇ ਉਹਨਾਂ ਨੂੰ ਸਮਝ ਆਏਗੀ, ਅਤੇ ਮੇਰੇ ਖਿਆਲ ਨਾਲ ਤਾਂ ਬਹੁਤ ਅੱਛੀ ਗੱਲ ਹੈ। ਮੈਂ ਸੋਰੀ ਆਸਿਫ, ਸ਼ਾਦੀਸ਼ੁਦਾ ਜੀ? ਅਲਹਮਦੁਲਿਲਾ, ਮੈਂ ਲਾਸਟ ਈਅਰ ਮੇਰੀ ਸ਼ਾਦੀ ਹੋਈ ਸੀਗੀ PSL ਤੋਂ ਪਹਿਲੇ। ਅਲਹਮਦੁਲਿਲਾ ਮੇਰੀ ਇੱਕ ਬੇਟੀ ਹੈ ਹੁਣ। ਮੈਂ ਇਹ ਸਮਝਦਾ ਕਿ ਜਦੋਂ ਮੇਰੀ ਸ਼ਾਦੀ ਹੋਈ ਨਾ ਅਤੇ ਮੇਰੀ ਲਾਈਫ ਨੋਰਮਲ ਰੂਟੀਨ ਨਾਲ ਚੱਲ ਰਹੀ ਸੀ ਜਿਵੇਂ ਸ਼ਾਦੀ ਤੋਂ ਪਹਿਲੇ ਸੀ। ਜਦੋਂ ਅੱਲਾਹ ਪਾਕ ਨੇ ਮੈਨੂੰ ਬੇਟੀ ਦਿੱਤੀ ਹੈ ਅਤੇ ਮੇਰੀ ਲਾਈਫ ਵੀ ਚੇਂਜ ਹੋ ਗਈ ਹੈ। ਮੈਨੂੰ ਇੰਨਾ ਕੁਛ ਦਿੱਤਾ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿੱਧਰੋਂ ਆ ਰਿਹਾ। ਪਾਕਿਸਤਾਨ ਖੇਲ ਗਿਆ PSL 'ਚ, ਇੰਨੀ ਅੱਛੀ ਪਰਫੋਰਮੈਂਸ ਰਹੀ ਹੈ। ਫਿਰ ਉਸ ਤੋਂ ਪਹਿਲੇ ਵਨਡੇ 'ਚ ਬੜੀ ਰੀਜਨ ਦੇ ਜੋ ਵਨਡੇ ਸੀਗੇ ਉਹਦੀ ਵੀ ਬੜੀ ਅੱਛੀ ਪਰਫੋਰਮੈਂਸ ਸੀ। ਫਸਟ ਕਲਾਸ 'ਚ ਹਰ ਡਿਪਾਰਟਮੈਂਟ 'ਚ, ਹਰ ਟੂਰਨਾਮੈਂਟ 'ਚ ਮੇਰਾ ਪਹਿਲਾ 100 ਇਸ ਸੀਜ਼ਨ ਹੋਇਆ। ਅਤੇ ਮੇਰੇ ਸੀਜ਼ਨ ਜਦੋਂ ਸਟਾਰਟ ਹੋਣ ਲੱਗਿਆ ਸੀਗਾ ਨਾ 4 ਡੇ ਦਾ, ਉਸ ਤੋਂ 2 ਦਿਨ ਪਹਿਲੇ ਮੇਰੇ ਬੇਟੀ ਹੋਈ ਹੈ। ਅਤੇ ਫਸਟ ਕਲਾਸ ਦੇ ਪਹਿਲੇ ਮੈਚ, ਪਹਿਲੇ ਦਿਨ ਹੀ, ਪਹਿਲੀ ਇਨਿੰਗ 'ਚ ਹੀ ਮੇਰਾ 150 ਸਕੋਰਸ। ਅਤੇ ਮੈਂ ਇਹੀ ਸਮਝਦਾ ਕਿ ਅੱਲਾਹ ਪਾਕ ਮੈਨੂੰ ਮੇਰੀ ਬੇਟੀ ਦੇ ਸਦਕੇ ਹੀ ਦੇ ਰਿਹਾ ਸਾਰਾ ਕੁਛ। ਧੀਆਂ ਵੈਸੇ ਵੀ ਰਹਿਮਤਾਂ ਹੁੰਦੀਆਂ ਜੀ? ਬਿਲਕੁਲ ਜੀ, ਬਹੁਤ ਅੱਲਾਹ ਪਾਕ ਦੀ ਬੜੀ ਰਹਿਮਤ ਹੈ ਮੇਰੇ 'ਤੇ। ਮੈਂ ਦਰਅਸਲ ਮੰਗ ਵੀ ਰੱਬ ਕੋਲ ਬੇਟੀ ਰਿਹਾ ਸੀ ਅਤੇ ਅੱਲਾਹ ਪਾਕ ਨੇ ਮੇਰੀ ਸੁਣ ਵੀ ਲਈ ਅਤੇ ਮੈਨੂੰ ਬਹੁਤ ਯਕੀਨ ਸੀ ਕਿ ਅੱਲਾਹ ਪਾਕ ਜਿਹੜਾ ਬੇਟੀਆਂ ਦੇ ਸਦਕੇ ਦਿੰਦਾ ਹੈ, ਅਤੇ ਮੈਂ ਇਸ ਲਈ ਬੇਟੀ ਮੰਗ ਰਿਹਾ ਸੀ। ਅੱਲਾਹ ਪਾਕ ਨੇ ਮੈਨੂੰ ਬੇਟੀ ਦਿੱਤੀ ਮਾਸ਼ਾਅੱਲਾ। ਅਤੇ ਹੁਣ ਮਾਸ਼ਾਅੱਲਾ ਤੁਸੀਂ ਫੇਮ ਹੋ ਗਿਆ, ਹਰ ਪਾਸੇ ਲੋਕ ਸੈਲਫੀਆਂ ਵੀ ਬਣਵਾਉਂਦੇ ਆ, ਨੇੜੇ ਆਉਣ ਦੀ ਵੀ ਕੋਸ਼ਿਸ਼ ਕਰਦੇ ਆ, ਅਤੇ ਭਾਬੀ ਵੱਲੋਂ ਕੋਈ ਸਖਤ ਕਿਸਮ ਦੀ ਪਾਬੰਦੀਆਂ ਤਾਂ ਨਹੀਂ ਹੈਗੀਆਂ? ਨਹੀਂ, ਬਸ ਇਹੀ ਕਹਿੰਦੇ ਆ ਕਿ 1 ਫੁੱਟ ਤੋਂ ਦੂਰ ਤਸਵੀਰ ਵਿੱਚ ਅਤੇ ਸੈਲਫੀ ਕੋਈ ਨਹੀਂ ਲੈਣੀ। ਠੀਕ ਆ, ਤਸਵੀਰ ਤੁਸੀਂ 1 ਫੁੱਟ ਤੋਂ ਦੂਰ ਹੋ ਕੇ ਬਣਾਉਣੀ ਆ, ਅਤੇ
ਸਪੈਸ਼ਲ ਕੁੜੀ ਨਾਲ ਤਸਵੀਰ ਬਣਾਉਣ ਲੱਗੇ, ਮੂੰਹ ਤੇ ਮੁਸਕਰਾਹਟ ਨਾ ਹੋਵੇ। ਨਹੀਂ ਇਹ ਤਾਂ ਮਜ਼ਾਕ ਵਾਲੀ ਗੱਲ ਹੈ ਵੈਸੇ, ਤੇ ਉਹ ਬਹੁਤ ਅੱਛਾ ਮੈਨੂੰ ਵੀ ਫੀਲ ਹੁੰਦਾ ਹੈ ਤੇ ਮੇਰੇ ਘਰਦਿਆਂ ਨੂੰ ਵੀ, ਕਿ ਇੱਕ ਇਸ ਤਰ੍ਹਾਂ ਦੀ ਸ਼ੋਹਰਤ ਮਿਲਣਾ ਬਹੁਤ ਵੱਡੀ ਗੱਲ ਹੈ, ਕਿ ਲੋਕ ਆ ਕੇ ਸੈਲਫੀ ਬਣਾਉਂਦੇ ਨੇ ਅਤੇ ਇੱਕ ਬੜਾ ਬੜਾ ਅੱਛਾ ਫੀਲ ਹੁੰਦਾ, ਪ੍ਰਾਊਡ ਫੀਲ ਹੁੰਦਾ ਕਿ ਯਾਰ ਮੈਂ ਇਸ ਕਾਬਲ ਹੈ ਕਿ ਲੋਕ ਮੇਰੇ ਨਾਲ ਤਸਵੀਰ ਬਣਾਉਂਦੇ ਨੇ। ਬਹੁਤ ਸਾਰੀ ਐਸੀ ਜਗ੍ਹਾ ਹੈ ਕਿ ਬੰਦਾ ਰੋਡ 'ਤੇ ਵੀ ਮੈਂ ਜਾ ਰਿਹਾ ਜਾਂ ਡਰਾਈਵ ਕਰ ਰਿਹਾ ਅਤੇ ਉਹ ਰਿਕੁਐਸਟ ਕਰਕੇ ਕਹਿੰਦੇ ਨੇ, ਅਤੇ ਮੈਂ ਇੱਕ ਅੱਲਾ ਦਾ ਸ਼ੁਕਰ ਅਦਾ ਕਰਦਾ ਕਿ ਮੈਨੂੰ ਇਸ ਕਾਬਲ ਬਣਾਇਆ। ਮੇਰਾ ਇੱਕ ਦਿਨ 'ਚ ਸਵਾਲ ਹੈ ਕਿ ਅੱਜ ਜਿੱਥੇ ਆਸਫ ਅਲੀ ਖੜ੍ਹਾ, ਅੱਲਾ ਦੀ ਮਿਹਨਤ ਔਰ ਅੱਲਾ ਦਾ ਸਾਥ ਤਾਂ ਹਰ ਜਗ੍ਹਾ 'ਤੇ ਹੁੰਦਾ, ਅਗਰ ਮਿਸਬਾਹ ਉਲ ਹੱਕ ਨਾ ਹੁੰਦਾ ਤਾਂ ਆਸਫ ਅਲੀ ਅੱਜ ਜਗ੍ਹਾ 'ਤੇ ਹੁੰਦਾ ਜਾਂ ਨਾ ਹੁੰਦਾ? ਇਹ ਬਿਲਕੁਲ ਗੱਲ ਠੀਕ ਹੈ। ਮੈਂ ਕਹਿ ਲਓ ਕਿ ਆਪਣੀ ਲਾਈਫ ਦੇ ਵੀ ਜਿੰਨੇ ਵੀ ਮਸ਼ਹੂਰ ਹੈ ਕ੍ਰਿਕਟ ਦੇ ਬਾਰੇ 'ਚ, ਕ੍ਰਿਕਟ ਦੇ ਰਿਲੇਟਡ ਜਿਹੜੇ ਆ, ਮੈਂ ਉਹ ਸਾਰੇ ਮਿਸਬਾਹ ਭਾਈ ਦੇ ਨਾਲ ਉਹਨਾਂ ਕੋਲ ਇਹੀ ਡਿਸਕਸ ਕਰਨਾ। ਹੋਰ ਹਕੀਮ ਤਾਂ ਹੈ ਨਹੀਂ। ਹਾਂ ਸਹੀ ਗੱਲ, ਹਕੀਮ ਤਾਂ ਹੈ ਨਹੀਂ, ਅਤੇ ਬਾਕੀ ਇਹ ਕਿ ਜੋ ਮੈਨੂੰ ਕਹਿੰਦੇ ਨੇ ਮੈਂ ਉਹੀ ਕਰਦੇ ਨੇ। ਅਤੇ ਦੇਖੋ ਜੀ, ਅੱਲਾ ਪਾਕ ਨੇ ਕ੍ਰਿਕਟ ਖਿਲਾਣੀ, ਅੱਲਾ ਪਾਕ ਦੀ ਜ਼ਾਤ ਤੋਂ ਇਲਾਵਾ ਕੋਈ ਨਹੀਂ। ਬਾਕੀ ਇਹ ਕਿ ਅੱਲਾ ਪਾਕ ਇੱਕ ਵਸੀਲਾ ਬਣਾਉਂਦਾ ਹੈ ਜੀ, ਜਿਹੜਾ ਵਸੀਲਾ ਮੇਰਾ ਮਿਸਬਾਹ ਭਾਈ ਮੇਰਾ ਵਸੀਲਾ ਬਣੇ, ਕਿਉਂਕਿ ਮੈਨੂੰ ਹਰ ਕ੍ਰਿਕਟ 'ਚ ਮੈਨੂੰ ਬੈਕ ਕੀਤਾ ਉਹਨਾਂ ਨੇ। ਅਤੇ ਇੱਥੇ ਦਿਗਰ ਕੇ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਮੈਂ ਕਿਸੇ ਟਾਈਮ ਬੈਠਾ ਹੁੰਦਾ ਨਾ ਚੁੱਪ ਕਰਕੇ, ਅਤੇ ਮੈਂ ਸੋਚ ਰਿਹਾ ਹੁੰਦਾ, ਮੇਰੇ ਜ਼ਿਹਨ 'ਚ ਦਿਮਾਗ 'ਚ ਆਉਂਦੀਆਂ ਸੀ ਗੱਲਾਂ ਕਿ ਯਾਰ ਪਤਾ ਨਹੀਂ ਮੈਂ ਕੱਲ੍ਹ ਮੈਚ ਖੇਲਣਾ ਕਿ ਨਹੀਂ ਖੇਲਣਾ। ਅਤੇ ਉਹ ਮੇਰੀ ਕਹਿ ਲਏ ਕੋਈ ਇੱਦਾਂ ਬੈਠਾ ਹੋਵੇ ਅਤੇ ਉਹ ਸਮਝ ਜਾਂਦੇ ਸੀ ਕਿ ਇਹ ਨਾ ਕੁਛ ਇਹਦੇ ਦਿਮਾਗ 'ਚ ਚੱਲ ਰਿਹਾ ਇਹਦੇ ਕੁਛ, ਅਤੇ ਮੈਨੂੰ ਕਹਿ ਦਿੰਦੇ ਸੀ ਯਾਰ ਅੱਧੀ ਟੀਮ 'ਤੇ ਤੂੰ ਮੇਰੀ ਤੂੰ ਹੈ ਅਤੇ ਤੂੰ ਇੰਝ ਬੈਠਾ ਹੈ, ਅਤੇ ਉਹ ਮੈਨੂੰ ਇੰਝ ਦਾ ਕੋਨਫੀਡੈਂਸ ਦਿੰਦਾ ਸੀ। ਅਤੇ ਮੈਂ ਵੈਸੇ ਸ਼ੇਅਰ ਹੋ ਜਾਂਦਾ ਸੀ ਕਿ ਯਾਰ ਕੋਈ ਮਸਲਾ ਹੀ ਕੋਈ ਨਹੀਂ ਹੈ, ਫਿਰ ਪਰਫੋਰਮ ਤਾਂ ਆਪੇ ਜਦੋਂ ਇਸ ਤਰ੍ਹਾਂ ਦਾ ਕੋਨਫੀਡੈਂਸ ਦੇਣਾ ਤਾਂ ਪਰਫੋਰਮ ਤਾਂ ਹੋਣਾ ਹੀ ਹੈ ਫਿਰ। ਬਿਲਕੁਲ ਠੀਕ ਆ। ਅਤੇ ਕੀ ਗੱਲ ਆ ਆਸਫ, ਉਹ ਰੀਜਨ ਜਿਹੜਾ ਪਾਕਿਸਤਾਨ ਦੀ ਤਮਾਮ ਫਾਰਮੇਟ 'ਚ ਫਸਟ ਕਲਾਸ 'ਚ, ਵਨ ਡੇ 'ਚ, ਟੀ ਟਵੈਂਟੀ 'ਚ, ਫੈਸਲਾਬਾਦ ਰੂਲ ਕਰਦਾ ਸੀ, ਅੱਜ ਬਿਲਕੁਲ ਹੀ ਬੋਟਮ ਲਾਈਨ 'ਤੇ ਆ ਗਿਆ, ਫਸਟ ਕਲਾਸ ਖੇਡਣ ਨੂੰ ਤਰਸ ਰਿਹਾ, ਵਜੂਹਾਤ ਕੀ ਬਣੀਆਂ ਵੀਰੇ? ਮੇਰੇ ਕਿਉਂਕਿ ਮੈਂ ਵੀ ਲਾਸਟ ਜਿਹੜਾ ਸੀਜ਼ਨ ਸੀ ਫੈਸਲਾਬਾਦ ਵੱਲੋਂ ਖੇਲਿਆ ਸੀਗਾ, ਮੈਂ ਜਿਹੜੀ ਚੀਜ਼ ਦੇਖੀ ਹੈ, ਅਸੀਂ ਤਕਰੀਬਨ ਜੂਨੀਅਰ ਫਸਟ ਕਲਾਸ ਇਸ ਤਰ੍ਹਾਂ ਦੀ ਕ੍ਰਿਕਟ ਹੈ, ਇਹ ਜਲਦੀ ਸਮਝ ਨਹੀਂ ਆਉਂਦੀ। ਠੀਕ ਹੈ, ਕ੍ਰਿਕਟ ਮੈਂ ਜਿਹੜੀ ਚੀਜ਼ ਸਮਝਦਾ, ਬਾਕੀ ਤਾਂ ਬਹੁਤ ਸਾਰੇ ਪਲੇਅਰ ਮੇਰੇ ਤੋਂ ਸੀਨੀਅਰ ਹੈ, ਪਰਫੋਰਮ ਵੀ ਕਰਦੇ ਨੇ। ਜਿਹੜੀ 4-ਡੇ ਕ੍ਰਿਕਟ ਹੈ ਨਾ, ਬਹੁਤ ਹੀ ਟਫ ਕ੍ਰਿਕਟ ਹੈ, ਕਿਉਂਕਿ ਸੀਜ਼ਨ 'ਚ ਤੁਸੀਂ ਹਰ ਸੀਜ਼ਨ 'ਚ ਤੁਸੀਂ ਇੱਕ ਜਾਂ ਦੋ ਲੜਕਿਆਂ ਨੂੰ ਤੁਸੀਂ ਡੈਬਿਊ ਕਰਵਾ ਸਕਦੇ, ਜ਼ਿਆਦਾ ਤੋਂ ਜ਼ਿਆਦਾ 3 ਲੜਕਿਆਂ ਨੂੰ ਡੈਬਿਊ ਕਰਵਾ ਸਕਦੇ ਹਾਂ। ਠੀਕ ਹੈ, ਫੈਸਲਾਬਾਦ ਰੀਜਨ ਨੇ ਮੇਰੇ ਖਿਆਲ ਨਾਲ 7-8 ਲੜਕਿਆਂ ਦਾ ਡੈਬਿਊ ਇਸ ਸਾਲ, ਨਵੇਂ ਲੜਕੇ ਜਿਹੜੇ ਨੇ। ਫੋਰ ਡੇ ਜਿਹੜੀ ਕ੍ਰਿਕਟ ਹੈ ਨਾ, ਤੁਸੀਂ ਇੱਕ ਇਨਿੰਗ 'ਚ ਅੱਗੇ ਲੱਗ ਗਏ ਹੋ ਨਾ, ਅਤੇ ਤੁਸੀਂ ਫਿਰ ਉਹ ਸਮਝ ਨਹੀਂ ਆਉਂਦੀ ਕਰਨਾ ਕੀ ਹੈ। ਉਹ ਕਹਿੰਦੇ ਨਹੀਂ ਪੰਜਾਬੀ 'ਚ, ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ। ਬਿਲਕੁਲ, ਅਤੇ ਉਹ ਸਮਝ ਨਹੀਂ ਆਉਂਦੀ ਉਸ ਟਾਈਮ ਕਿ ਕਰਨਾ ਕੀ, ਉਹ ਫਿਰ ਬੰਦਾ ਉਸ ਤਰ੍ਹਾਂ ਹੀ ਕਿੰਨੀ ਆਊਟ ਹੁੰਦਾ ਰਹਿੰਦਾ, ਆਊਟ ਹੁੰਦਾ ਰਹਿੰਦਾ, ਸੀਜ਼ਨ ਗੁਜ਼ਰ ਜਾਂਦਾ। ਉਹ ਨਵੇਂ ਲੜਕੇ ਸੀ, ਮੇਰੀ ਨਜ਼ਰ 'ਚ ਇਹੀ ਵਜ੍ਹਾ ਸੀ, ਨਵੇਂ ਲੜਕੇ ਸੀ, ਕਿਉਂਕਿ ਮੈਂ ਖੇਡਦਾ ਸੀ ਮਿਡਲ ਆਰਡਰ 'ਚ, ਜਿਹੜਾ ਸਾਡਾ ਜਿੰਨੇ ਵੀ ਟੋਪ ਆਰਡਰ ਬੈਟਸਮੈਨ ਸੀ ਸਾਰੇ ਨਵਾਂ ਲੜਕਾ ਸੀਗਾ। ਤਕਰੀਬਨ ਮੈਂ 4th-5th ਓਵਰ 'ਚ ਅੰਦਰ ਹੁੰਦਾ ਸੀ, 6-6 ਨੰਬਰ 'ਤੇ, 5-6 ਨੰਬਰ 'ਤੇ ਮੈਂ ਫਿਰ ਇੱਕ ਵਾਰੀ ਤਨਵੀਰ ਭਾਈ ਨੂੰ ਕਿਹਾ, ਮੈਂ ਕਿਹਾ ਜੇ ਨਵਾਂ ਹੀ ਗੇਂਦ ਖੇਡਣਾ ਤਾਂ ਮੈਂ ਓਪਨਰ ਹੀ ਚੱਲ ਜਾਂਦਾ। ਸਹੀ ਗੱਲ। ਫਿਰ ਮੈਂ 1-2 ਮੈਚ 'ਚ ਓਪਨਰ ਵੀ ਕੀਤੀ, ਅਲਹਮਦੁਲਿਲਾ ਉਹ ਜਿਹੜੇ ਨਵੇਂ ਲੜਕੇ ਉਹਨਾਂ ਨਾਲ ਉਹ ਅੱਛਾ ਰਿਹਾ, ਮੈਂ ਸਟੈਂਡ ਦਿੱਤਾ, ਬੋਲ ਪੁਰਾਣਾ ਕਰਕੇ ਦਿੱਤਾ। ਮੈਂ ਤਾਂ ਇਹੀ ਸਮਝਿਆ ਕਿ ਇਹੀ ਵਜ੍ਹਾ ਸੀ ਥੋੜ੍ਹੀ ਜਿਹੀ, ਕਿਉਂਕਿ ਤੁਸੀਂ ਥੋੜ੍ਹਾ ਜਿਹਾ ਨਾ ਜਿਹੜੇ ਸਾਡੇ ਕਿੰਨੀ ਸੀਨੀਅਰ ਪਲੇਅਰ ਸੀ, ਚਾਹੇ ਉਹਨਾਂ ਦੀ ਏਜ ਜ਼ਿਆਦਾ ਹੋ ਗਈ ਸੀ, ਅਤੇ ਤੁਸੀਂ ਉਹਨਾਂ ਨੂੰ ਵੀ ਲੈ ਸਕਦੇ ਸੀ ਕਿ ਤੁਸੀਂ ਨਵੇਂ ਲੜਕੇ ਜਿਹੜੇ ਅੰਡਰ 19 ਦੇ ਸੀ ਉਹਨਾਂ ਨੂੰ ਨਾ ਰੱਖਦੇ, ਇੱਕ ਅੱਧਾ ਸੀਜ਼ਨ ਨਾ ਰੱਖਦੇ ਉਹਨਾਂ ਦੇ। ਇਹ ਸਾਰੀਆਂ ਗੱਲਾਂ ਤਾਂ ਮੈਨੂੰ ਪਤਾ ਹੈਗੀਆਂ, ਮੈਂ ਤੁਹਾਡੇ ਕੋਲ ਪੁੱਛਣਾ ਇਸ ਵਾਸਤੇ ਨਹੀਂ ਚਾਹੁੰਦਾ ਕਿ ਤੁਸੀਂ ਹੁਣ ਇੱਕ ਨੈਸ਼ਨਲ ਪਲੇਅਰ ਹੋ, ਕੋਈ ਜ਼ਿੰਮੇਦਾਰ ਪਲੇਅਰ ਹੋ, ਵਜੂਹਾਤ ਬਹੁਤ ਆ। ਸਰਗੋਧੇ ਦੀ ਕ੍ਰਿਕਟ ਖਤਮ ਕਰ ਦਿੱਤੀ ਗਈ, ਜਿਹੜੇ ਟੈਲੈਂਟਡ ਪਲੇਅਰ ਸਰ ਉਹਨਾਂ ਨੂੰ ਆਵਾਜ਼ ਬੁਲੰਦ ਬਾਰ ਕਰਤਾ ਔਰ ਕਹਿ ਦਿੱਤਾ ਗਿਆ ਕਿ ਜਾਓ ਜੋ ਕੁਛ ਕਰਨਾ ਕਰ ਲਓ। ਇਸ ਸਵਾਲ ਮੈਂ ਤੁਹਾਨੂੰ ਨਹੀਂ ਪੁੱਛਾਂਗਾ। ਅੱਜ ਦੇ ਨੌਜਵਾਨਾਂ ਨੂੰ ਦੱਸੋ ਕਿ ਆਸਫ ਅਲੀ ਜਿਹੜਾ ਅੱਜ ਕੌਮੀ ਖਿਲਾੜੀ ਬੈਠਾ, ਇਹਦੀ ਜ਼ਿੰਦਗੀ ਦੀ ਸ਼ੁਰੂਆਤ ਕੀ ਸਨ, ਇਹਨੇ ਕੀ ਕੀ ਮੁਸੀਬਤਾਂ ਵੇਖੀਆਂ, ਕਿੰਨੀਆਂ ਮਿਹਨਤਾਂ ਕੀਤੀਆਂ, ਕਿਹੜੇ ਕਿਹੜੇ ਪਾਪੜ ਵੇਲੇ ਅਤੇ ਅੱਜ ਪਾਕਿਸਤਾਨ ਟੀਮ ਤੱਕ ਪਹੁੰਚਿਆ? ਸਰ ਇਹ ਤਾਂ ਬੜੀ ਲੰਬੀ ਕਹਾਣੀ ਹੈ, ਠੀਕ ਹੈ ਦੱਸੋ। ਇਹ ਮੈਂ ਕਹਾਣੀ ਦਾ ਸਿਲਸਿਲਾ ਇਸ ਵਾਸਤੇ ਸ਼ੁਰੂ ਕੀਤਾ
ਕਿ ਸਾਡੇ ਨੌਜਵਾਨ ਸਮਝਦੇ ਆ ਕਿ ਫੇਸਬੁੱਕ 'ਤੇ ਬਹਿ ਕੇ ਸਭ ਕੁਝ ਹੋ ਜਾਣਾ, ਅਤੇ ਦੱਸੋ ਕਿ ਤੁਸੀਂ ਕੀ ਕੰਮ ਕੀਤੇ, ਰੋਟੀ ਪਾਣੀ ਵਾਸਤੇ ਕੀ ਕੀਤਾ, ਮਿਹਨਤ ਕਿੰਨੀ ਕੀਤੀ ਅਤੇ ਫਿਰ ਇਸ ਮੁਕਾਮ 'ਤੇ ਪਹੁੰਚੇ? ਮੈਂ ਆਪਣੀ ਲਾਈਫ ਦੇ ਮਤਲਬ ਬਾਰੇ 'ਚ ਇਹੀ ਗੱਲ ਕਰਾਂਗਾ, ਮੈਂ ਜਦੋਂ ਜੋਬ ਕਰਦਾ ਸਾਂ ਨਾ, ਇੱਕ ਫੈਕਟਰੀ 'ਚ ਜੋਬ ਕਰਦਾ ਸਾਂ, ਠੀਕ ਹੈ, ਸਟੀਲ ਇੰਡਸਟਰੀ ਸੀ, ਅਤੇ ਜਿਸ ਬੰਦੇ ਦਾ ਮੈਂ ਨਾਮ ਲੈਣ ਲੱਗਿਆ ਤੁਹਾਨੂੰ ਨਹੀਂ ਅੱਛਾ ਲੱਗੇਗਾ, ਤਾਰਕ ਸਾਹਿਬ ਜੋ ਮਾਠੂ ਸਾਹਿਬ ਹੈ ਜੋ ਫੈਸਲਾਬਾਦ, ਉਹ ਜੋ ਵੀ ਹੈ ਜਿਸ ਤਰ੍ਹਾਂ ਦਾ ਵੀ ਹੈ ਬੰਦਾ, ਬਰਹਲ ਉਹਨੇ ਮੇਰੇ ਲਈ ਬਹੁਤ ਬੈਕ ਕੀਤੀ ਹੈ, ਠੀਕ ਹੈ, ਮੇਰੇ ਲਈ ਫੈਸਲਾਬਾਦ 'ਚ ਲੜਿਆ ਵੀ ਹੈ, ਮੁਖਾਲਫਿਨ ਸਿਆਸਤ ਬੜੀ ਹੈ, ਠੀਕ ਹੈ, ਹਰ ਜਗ੍ਹਾ ਹੀ ਹੈ। ਸਟੀਲ ਵਿੱਚ ਕੀ ਕਰੋ, ਕੀ ਕੰਮ ਸੀ ਤੁਹਾਡਾ? ਮੈਂ ਇੱਕ ਕੁਆਲਿਟੀ ਇੰਸਪੈਕਟਰ ਫਾਈਨਲ ਇੰਸਪੈਕਸ਼ਨ ਦਾ, ਅਤੇ ਉਹਨਾਂ ਨੇ, ਮੈਂ ਉਹਨਾਂ ਦੇ ਕਲੱਬ 'ਚ ਖੇਡਦਾ ਸਾਂ, ਉਹਨਾਂ ਨੇ ਮੇਰਾ ਕਰਕੇ, ਕਿਉਂਕਿ ਮੈਨੂੰ ਫਰਾਈਡੇ ਦੀ ਛੁੱਟੀ ਹੁੰਦੀ ਸੀ, ਮੇਰਾ ਕਰਕੇ ਉਹਨਾਂ ਟੂਰਨਾਮੈਂਟ ਦੇ ਮੈਚਿਸ ਦਾ ਸੈਕਿੰਡ ਟਾਈਮ ਮੈਚ ਲੈਣੇ, ਜਿਹੜੇ ਨਾ 12 ਵਜੇ ਤੋਂ ਬਾਅਦ ਇੱਕ ਡੇਢ ਵਜੇ ਮੈਚ ਸਟਾਰਟ ਹੁੰਦਾ, ਅਤੇ ਮੈਂ ਸ਼ੋਰਟ ਲੀਵ, ਮੈਨੂੰ ਮੰਥਲੀ ਇੱਕ ਮੰਥ 'ਚ 2 ਸ਼ੋਰਟ ਲੀਵ ਅਲਾਓ ਹੁੰਦੀਆਂ ਸੀ, ਕਿ ਸ਼ੋਰਟ ਲੀਵ ਲੈ ਸਕਦਾ ਸੀ ਮੈਂ, 12 ਵਜੇ ਬ੍ਰੇਕ ਟਾਈਮ ਛੁੱਟੀ ਕਰ ਸਕਦਾ ਸੀ, ਉਸ ਤੋਂ ਇਲਾਵਾ ਮਹੀਨੇ 'ਚ ਤੁਹਾਨੂੰ ਪਤਾ ਜੁੰਮੇ ਵੀ ਕਿੰਨੇ ਆਉਂਦੇ, 4 ਆਉਂਦੇ ਨੇ, 4-6 ਛੁੱਟੀਆਂ ਹੋ ਜਾਂਦੀਆਂ ਸੀ ਮੇਰੀਆਂ, ਅਤੇ ਉਸ ਦੌਰਾਨ ਹੀ ਮੇਰੇ ਉਹ ਮੈਨੇਜ ਕਰਦੇ ਸੀ ਡਰਾਜ ਕਿਸੇ ਵੀ ਟੂਰਨਾਮੈਂਟ ਦਾ ਸੀ, ਕਿਉਂਕਿ ਸੈਕਟਰੀ ਸੀ ਰੀਜਨ ਦੇ ਉਦੋਂ, ਅਤੇ ਉਹ ਫਿਰ ਦੱਸ ਦਿੰਦੇ ਸੀ ਕਿ ਯਾਰ ਮੇਰਾ ਮੈਚ ਹੈ ਇਸ ਫਲਾਣੀ ਫਰਾਈਡੇ ਦੇ ਦੇਣਾ, ਅਤੇ ਇਸ ਤਰ੍ਹਾਂ ਮੈਨੇਜ ਕਰਕੇ ਉਹਨਾਂ ਨੇ ਮੇਰਾ 1-2 ਸਾਲ ਗੁਜ਼ਾਰੇ, ਕਿਉਂਕਿ ਮੈਂ ਜੋਬ ਦੇ ਨਾਲ ਕ੍ਰਿਕਟ ਖੇਡਦਾ ਸਾਂ, ਟੂਰਨਾਮੈਂਟ ਹਰ ਟੂਰਨਾਮੈਂਟ 'ਚ ਅੱਛੀ ਪਰਫੋਰਮੈਂਸ ਹੁੰਦੀ ਸੀ, ਇੱਕ ਫਾਈਨਲ ਸਮੀ ਫਾਈਨਲ 'ਚ ਸਕੋਰ ਕਰਕੇ ਮੈਂ ਆਉਣਾ ਡਿਊਟੀ ਤੋਂ ਛੁੱਟੀ ਲੈ ਕੇ, ਅੱਧਾ ਦਿਨ ਕੰਮ ਕਰਕੇ ਫਿਰ ਮੈਚ ਖੇਡਣਾ ਆ ਕੇ, ਫਿਰ ਅੱਛੇ ਰਨਸ ਕਰਨੇ, 100 ਵੀ ਕਰਨੇ, ਮਤਲਬ ਬੜੀ ਅੱਛੀ ਪਰਫੋਰਮੈਂਸ ਕਰਨੀ, ਕਿਉਂਕਿ ਇੱਕ ਤੁਸੀਂ ਸ਼ਹਿਰ 'ਚ ਨਾਮ ਬਣਾਉਣ ਲਈ ਅੱਛੀ ਪਰਫੋਰਮੈਂਸ ਕਰੋਗੇ ਤਾਂ ਇੱਕ ਨਾਮ ਤੁਹਾਡਾ ਚੱਲੇਗਾ ਨਾ, ਕਿ ਯਾਰ ਇੱਕ ਬੜਾ ਅੱਛਾ ਲੜਕਾ ਆਇਆ। ਅਤੇ ਬਾਕੀ ਇਹ ਹੈ ਕਿ ਜਿਸ ਦਿਨ ਪ੍ਰੈਕਟਿਸ ਜਿਹੜੀ ਮੇਰੀ ਸੀਗੀ ਡਿਊਟੀ ਦੇ ਦੌਰਾਨ, ਬਹੁਤ ਮੁਸ਼ਕਿਲ ਟਾਈਮ ਕੱਢਦਾ ਸਾਂ ਮੈਂ, ਸ਼ਾਮ ਨੂੰ 5 ਵਜੇ ਸਰਦੀਆਂ ਦੇ ਦਿਨ ਹੁੰਦੇ ਸੀ। ਕਿੰਨੇ ਘੰਟੇ ਦੀ ਡਿਊਟੀ ਤੋਂ ਬਾਅਦ ਤੁਸੀਂ ਮੈਚ ਖੇਡਦੇ ਸੀ? ਮੈਂ ਸੁਬਹਾ ਜਾਂਦਾ ਸਾਂ, ਤਕਰੀਬਨ 8 ਵਜੇ ਜਾਂਦਾ ਸਾਂ, ਅਤੇ ਸ਼ਾਮ ਨੂੰ 5-6 ਵਜੇ ਆਉਂਦਾ ਸਾਂ, ਅਤੇ ਪ੍ਰੈਕਟਿਸ ਗਰਮੀਆਂ ਨੂੰ ਤਾਂ ਕਿਉਂਕਿ 5 ਵਜੇ ਛੁੱਟੀ ਹੁੰਦੀ ਸੀ, ਅਤੇ ਮਗਰਬ 7 ਵਜੇ ਹੁੰਦੀ ਸੀ, ਅੱਛਾ ਟਾਈਮ ਮਿਲ ਜਾਂਦਾ ਸੀ। ਜਿਹੜਾ ਸਰਦੀਆਂ ਨੂੰ ਮਿਲਦਾ ਸੀਗਾ ਉਹ 5 ਵਜੇ ਆਉਂਦਾ ਸਾਂ, ਮਿਲ ਗਿਆ ਟਾਈਮ, ਹਨੇਰਾ ਹੋਣ ਤੋਂ ਪਹਿਲੇ ਪ੍ਰੈਕਟਿਸ ਕਰ ਲਈ। ਨੌਜਵਾਨੋ ਸੁਣ ਰਹੇ ਹੋ, ਕ੍ਰਿਕਟਰ ਜਾਂ ਕਿਸੇ ਵੀ ਮੈਦਾਨ 'ਚ ਨਾਮ ਬਣਾਉਣਾ ਐਡਾ ਸੌਖਾ ਨਹੀਂ। ਉਹ ਕਿਸੇ ਕਿਹਾ ਸੀ ਨਾ ਕਿ ਇਹ ਸ਼ਹਾਦਤ ਗਹੇ ਉਲਫਤ ਮੇਂ ਕਦਮ ਰੱਖਣਾ ਹੈ, ਲੋਕ ਆਸਾਂ ਸਮਝਤੇ ਹੈ ਮੁਸਲਮਾਂ ਹੋਣਾ, ਅਤੇ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਉੱਠਣਾ ਪੈਂਦਾ, ਪੜ੍ਹਨਾ ਪੈਂਦਾ, ਜਿਹੜੀ ਜਿਹੜੀ ਫੀਲਡ 'ਚ ਵੀ ਹੋ ਉਹਦੇ 'ਚ ਅਖੀਰ ਕਿਸਮ ਦੀ ਮਿਹਨਤ ਕਰਨੀ ਪੈਂਦੀ ਹੈ। ਯਾਰ ਤੂੰ ਐਡੇ ਛੋਟਾ ਜਿਹਾ ਤੇਰਾ ਕਰਦੇ ਹੈ ਵੀਰੇ, ਅਤੇ ਐਡੇ ਜ਼ੋਰ ਜ਼ੋਰ ਦੇ ਛਿੱਕੇ ਮਾਰਨੇ, ਔਰ ਕਿਸੇ ਬਾਲਰ ਨੂੰ ਬਾਲਰ ਨਹੀਂ ਸਮਝੇਗਾ? ਇਹ ਫਨ, ਇਹ ਟੈਕਨੀਕ ਕੁਦਰਤੀ ਹੈ ਜਾਂ ਕਿਸੇ ਸਿਖਾਈ? ਨਹੀਂ, ਮੈਂ ਦਰਅਸਲ ਮੈਂ ਉਹੀ ਤੁਹਾਨੂੰ ਅਰਜ਼ ਕਰ ਰਿਹਾ ਸੀਗਾ, ਜਦੋਂ ਮੈਂ ਮਤਲਬ ਆਪਣੀ ਜੋ ਡਿਊਟੀ ਦੇ ਦੌਰਾਨ ਮੈਂ ਜਦੋਂ ਘਰ ਆਉਂਦਾ ਸਾਂ ਨਾ, 5 ਵਜੇ ਸਰਦੀਆਂ 'ਚ ਮਗਰਬ ਹੋ ਜਾਂਦੀ ਸੀ, ਅਤੇ ਮੈਨੂੰ ਪ੍ਰੈਕਟਿਸ ਟ੍ਰੇਨਿੰਗ ਦਾ ਟਾਈਮ ਨਹੀਂ ਮਿਲਦਾ ਸੀ, ਕਿਉਂਕਿ ਹਨੇਰਾ ਹੋ ਜਾਂਦਾ ਸੀ। ਮੇਰੇ ਘਰ, ਮੈਂ ਆਪਣੇ ਘਰ 'ਚ ਸੀੜੀਆਂ 'ਚ ਨਾ 20-25 ਚੱਕਰ ਲਗਾ ਲੈਣੇ, ਅਤੇ ਟ੍ਰੇਨਿੰਗ ਕਰ ਲੈਣੀ, ਫਿਰ ਸਰਦੀ ਦੀ ਛੱਤ 'ਤੇ ਮੈਂ ਟ੍ਰੇਨਿੰਗ ਕਰ ਰਿਹਾ ਹੋਣਾ, ਪੇਟ ਦੇ ਸੈੱਟ, ਪੁਸ਼ਅਪ, ਜੇ ਉਹ ਹਰ ਚੀਜ਼ ਕਰਦੇ ਹੋਣਾ। ਅਤੇ ਪਤਾ ਸੀ ਅੰਦਾਜ਼ਾ ਸੀ ਕਿ ਆਸਫ ਅਲੀ ਕੁਝ ਬਣੇਗਾ? ਮੈਂ ਸਿਰਫ ਉਹ ਕਰਦਾ ਸਾਂ, ਸਿਰਫ ਆਪਣੀ ਟ੍ਰੇਨਿੰਗ ਇਸ ਲਈ ਕਰਦਾ ਸੀ ਕਿ ਮੈਂ ਫਿੱਟ ਰਹਾਂ, ਕਿਉਂਕਿ ਅੱਲਾ ਦਾ ਸ਼ੁਕਰ ਹੈ ਮੇਰੀ ਸ਼ੁਰੂ ਤੋਂ ਸਪ੍ਰਿੰਟ ਅੱਛੀ ਸੀ ਮੇਰਾ। ਮੈਂ ਜਿਮ, ਮੈਨੂੰ ਬਹੁਤ ਸਾਰੇ ਲੜਕੇ ਕਹਿੰਦੇ ਸੀ ਯਾਰ ਤੂੰ ਜਿਮ ਕਰਦਾ, ਤੂੰ ਲੁਕ ਕੇ ਜਿਮ ਜਾਂਦਾ, ਮੇਰੇ ਬਾਜ਼ੂ ਸ਼ੋਲਡਰ ਸ਼ੁਰੂ ਤੋਂ ਨੈਚੁਰਲੀ ਇਸ ਤਰ੍ਹਾਂ ਦੇ ਸੀ। ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਜਾਂਦਾ। ਮੈਂ ਕਹਿੰਦੇ ਯਾਰ ਤੂੰ, ਤੇਰਾ ਬੋਡੀ ਇਸ ਤਰ੍ਹਾਂ ਕਿਵੇਂ ਹੋ ਸਕਦੀ ਯਾਰ, ਤੇਰਾ ਪੁਸ਼ਅਪ ਡੈਂਟ ਵਗੈਰਾ ਬੜੇ ਅੱਛੇ ਸ਼ੋਲਡਰ। ਮੈਂ ਹੁਣ ਰਾਤ ਨੂੰ ਆ ਕੇ ਨਾ ਕੰਮ ਤੋਂ, ਮੈਂ ਛੱਤ 'ਤੇ ਸਰਦੀ ਜੀ ਧੁੰਦ 'ਚ ਮੈਂ ਟ੍ਰੇਨਿੰਗ ਪੁਸ਼ਅਪ ਜੇ ਉਹ ਹਰ ਚੀਜ਼ ਕਰ ਰਿਹਾ ਹੋਣਾ, ਅਤੇ ਬਸ ਮੈਨੂੰ ਇਹ ਹੁੰਦਾ ਸੀ ਕਿ ਯਾਰ ਮੈਂ ਫਿੱਟ ਰਹਿਣਾ। ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਸੀ, ਕਿ ਮੈਨੂੰ ਹੁਣ ਉਹ ਗੱਲਾਂ ਯਾਦ ਆਉਂਦੀਆਂ ਕਿ ਯਾਰ ਮੈਂ ਉਹ ਇਸ ਚੀਜ਼ ਸੋਚ ਕੇ ਨਹੀਂ ਕਰਦਾ ਸੀ ਕਿ ਮੈਂ ਕਿ ਪਤਾ ਨਹੀਂ ਮੈਂ ਕਿੱਥੇ ਪਹੁੰਚਣਾ, ਬਸ ਨੇ ਸਾਫ਼ ਨੀਅਤ ਨਾਲ ਕਰਦਾ ਸੀ, ਅਤੇ ਪ੍ਰੈਕਟਿਸ ਵੀ ਕਰਦਾ ਸੀ ਨਾ ਜਿੰਨੀ ਕੁ ਵੀ ਹੁੰਦੀ ਸੀ, ਅਤੇ ਮੈਂ ਇਹ ਦੁਆ ਕਰਦਾ ਸੀ ਪ੍ਰੈਕਟਿਸ ਤੋਂ ਬਾਅਦ ਕਿ ਗਰਾਊਂਡ 'ਚ ਬੈਗ ਪੈਕ ਕਰਨਾ, ਮੈਂ ਕਿਹਾ ਯਾਰ ਮੈਂ ਜਿੰਨੀ ਵੀ ਕੀਤੀ ਹੈ ਨਾ ਮੇਰੀ ਕਬੂਲ ਕਰੀ, ਨੀਅਤ ਨਾ ਕੀਤੀ ਹੈ, ਬਿਲਕੁਲ ਠੀਕ ਹੈ, ਬਸ ਇੰਨੀ ਕੁ ਮੈਂ ਦੁਆ ਕਰਦਾ ਸੀ, ਅਤੇ ਦੁਆ ਕਰਕੇ ਅਤੇ ਮੈਂ ਮੋਟਰਸਾਈਕਲ ਵੀ ਮੈਂ ਤੁਹਾਨੂੰ ਦੱਸਿਆ ਮੇਰੀ ਇੰਜ ਦੀ ਸੀਗੀ,
ਮੈਂ ਮੇਰਾ ਪਹਿਲੀ ਵਾਰੀ ਮੇਰਾ ਨਾਮ ਆਇਆ ਨਾ ਮੋਢੇ ਤੇ ਰੱਖ ਕੇ ਖੜਨਾ ਗੱਲ ਤਾਂ ਸੁਣੋ ਮੈਂ ਤੁਹਾਨੂੰ ਦੱਸਣਾ ਮੇਰਾ ਨਾਮ ਆਇਆ ਪਹਿਲੀ ਦਫਾ ਫੈਸਲਾਬਾਦ ਦੀ ਟੀਮ 'ਚ ਕਰਾਚੀ ਟੂਰਨਾਮੈਂਟ ਹੋਇਆ ਸੀ ਤੁਹਾਨੂੰ ਯਾਦ ਹੋਵੇ ਉਸ ਮੈਚ 'ਚ ਫੀਸ ਨੇ 100 ਕੀਤਾ ਸੀ ਜਦੋਂ ਫੀਸ ਭਾਈ ਦਾ ਕੰਮ ਬੈਕ ਹੋਇਆ ਸੀ ਆਸਟ੍ਰੇਲੀਆ ਟੂਰ 'ਤੇ ਬਿਲਕੁਲ ਠੀਕ ਉਸ ਟੂਰਨਾਮੈਂਟ 'ਚ ਮੈਂ ਨਾਲ ਸੀ ਪਰ ਮੈਂ ਮੈਚ ਕੋਈ ਨਹੀਂ ਖੇਡਿਆ ਸੀ ਅਸੀਂ ਫਾਈਨਲ ਹਾਰੇ ਸੀ ਸਿਆਲਕੋਟ ਕੋ ਉਹ ਮੈਨੂੰ ਫਸਟ ਟਾਈਮ ਮੈਨੂੰ 55,000 ਦਾ ਚੈੱਕ ਮਿਲਿਆ ਸੀ ਰਨਰ ਅਪ ਦਾ ਉਦੋਂ ਮੇਰੀ 5,000 ਸੈਲਰੀ ਹੁੰਦੀ ਸੀ ਰਾਤੀ ਨੀਂਦ ਨਹੀਂ ਆਈ ਹੋਣੀ ਮੈਂ ਕਿਹਾ ਯਾਰ ਇੰਨੇ ਬੜੇ ਪੈਸੇ ਕਿੱਥੇ ਰੱਖਾਂ ਯਾਰ ਇੰਨੇ ਬੜੇ ਪੈਸੇ ਹੁਣ ਚੈੱਕ ਲੈ ਕੇ ਆਇਆ ਮੈਨੂੰ ਰੀਜਨ ਨੇ ਦਿੱਤਾ ਮੈਂ ਜੇਬ 'ਚ ਪਾ ਕੇ ਅਤੇ ਰਾਤ ਜੇਬ 'ਚ ਪਾ ਕੇ ਸੁੱਤਾਂ ਕਿਤੇ ਗੁਆਚ ਹੀ ਨਾ ਜਾਵੇ ਮੈਂ ਠੀਕ ਹੈ ਅੱਛਾ ਮੈਂ ਫਿਰ ਨਾ ਕਿਤੇ ਦੂਸਰੇ ਟੂਰਨਾਮੈਂਟ 'ਚ ਵੀ ਨਾਮ ਆਇਆ ਮੈਂ ਚਲੇ ਗਿਆ ਅਤੇ ਮੈਂ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਨਾ ਇੱਕ ਚੱਲਦੀ ਸੈਕਿੰਡ ਹੈਂਡ ਨਾ 1-5 ਲੈ ਲਿਆ ਮੈਂ ਬੜਾ ਸ਼ੌਕ ਸੀ 1-5 ਦਾ ਕਿ ਯਾਰ 1-5 ਲਾਲ ਬਲੈਕ ਕਲਰ ਅੱਛਾ ਉਹ ਮੈਂ ਚੱਲਦਾ ਲੈ ਲਿਆ 50,000 ਰੁਪਏ ਦਾ ਅਤੇ ਉਹ ਮੈਂ ਗਿਆ ਹੁਣ ਮੈਚ ਖੇਲਣ ਅਤੇ ਮੈਂ 5-6 ਦਿਨ ਬਾਅਦ ਆਇਆ ਅਤੇ ਮੈਂ ਪੁੱਛਿਆ ਉਹ ਯਾਮਾ ਹੁੰਦਾ ਸੀ ਪਹਿਲੇ ਜਿਹਦੇ 'ਤੇ ਮੈਂ ਟੁੱਟਾ ਜਿੱਥੇ ਦਿਲ ਕਰਦਾ ਸੀ ਬੰਦ ਹੋ ਜਾਂਦਾ ਸੀ ਚੱਲਦਾ ਚੱਲਦਾ ਹੀ ਬੰਦ ਹੋ ਜਾਂਦਾ ਸੀ ਅਤੇ ਮੈਂ ਪੁੱਛਿਆ ਆਪਣੇ ਵੱਡੇ ਭਰਾ ਨੂੰ ਮੈਂ ਕਿਹਾ ਯਾਰ ਉਹ ਯਾਮਾ ਕਿੱਥੇ ਗਿਆ ਉਹ ਕਹਿੰਦਾ ਮੈਂ ਤਾਂ ਕਬਾੜ 'ਚ 5,000 ਦਾ ਵੇਚ ਆਇਆ ਜਿਹੜਾ 5,000 ਦਾ ਵੇਚਿਆ ਤਾਂ ਕਿੰਝ ਦਾ ਹੋਣਾ ਮੈਨੂੰ ਅੰਦਾਜ਼ਾ ਲੱਗਦਾ ਦਾ ਸਾਈਕਲ ਹੀ ਹੋਣਾ ਅਤੇ ਮੈਂ ਕਿਹਾ ਯਾਰ ਉਹਨੇ ਬੜੇ ਮੁਸ਼ਕਿਲ ਟਾਈਮ 'ਤੇ ਸਾਥ ਦਿੱਤਾ ਤੂੰ ਯਾਰ 5,000 'ਚ ਵੇਚ ਆਇਆ ਉਹ ਕਹਿੰਦਾ ਯਾਰ ਐਵੇਂ ਦਰਵਾਜ਼ੇ 'ਚ ਪਿਆ ਰਸਤਾ ਵੀ ਬੰਦ ਕੀਤਾ ਅਤੇ ਮਿੱਟੀ ਘੱਟਾ ਵੀ ਪਿਆ ਰਹਿੰਦਾ ਮੈਂ ਕਿਹਾ ਤੈਨੂੰ ਕੀ ਉਹਦੀ ਕਦਰ ਦਾ ਪਤਾ ਅਤੇ ਉਹ ਦਰਅਸਲ ਉਹ ਮੇਰੇ ਖਿਆਲ ਨਾਲ ਯਾਮਾ ਉਹ ਸੀ ਕਿ ਜਦੋਂ ਕਹਿੰਦੇ ਨਹੀਂ ਕਿ ਇੱਕ ਪਿੰਡ 'ਚ ਕਿਸੇ ਨੇ ਸਾਈਕਲ ਲਿਆ ਪੁਰਾਣੇ ਜ਼ਮਾਨੇ 'ਚ ਤਾਂ ਪੂਰਾ ਪਿੰਡ ਇਕੱਠਾ ਹੋਇਆ ਅਤੇ ਵੇਖਣ ਆਇਆ ਸਾਈਕਲ ਲਿਆ ਯਾਰ ਚੌਧਰੀਆਂ ਨੇ ਉਹ ਯਾਮਾ ਸੀ ਮੇਰੇ ਦਾਦਿਆਂ ਨੇ ਲਿਆ ਸੀ ਅਤੇ ਦਾਦਾ ਜੀ ਕਹਿੰਦੇ ਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰੋਂ ਬੰਦੇ ਵੇਖਣ ਆਏ ਸੀ ਕਿ ਯਾਮਾ ਇਹਨਾਂ ਨੇ ਲਿਆ ਯਾਰ ਗੱਡੀ ਉਹ ਪਤਾ ਨਹੀਂ 84 ਮਾਡਲ ਕਿਹੜਾ ਮਾਡਲ ਸੀਗਾ ਅਤੇ ਕਹਿਣ ਦਾ ਮਤਲਬ ਕਿ ਉਹ ਸੀ ਅਤੇ ਵਾਲਦ ਸਾਹਿਬ ਵੀ ਮੇਰੇ ਭਰਾ ਨੂੰ ਕਹਿ ਰਹੇ ਸੀ ਯਾਰ ਤੂੰ ਚੱਲ ਖੜ੍ਹਾ ਰਹਿੰਦਾ ਖੜ੍ਹਾ ਰਹਿੰਦਾ ਨਾ ਕੋਈ ਚਲਾਉਂਦਾ ਇੱਕ ਇਹ ਕਿਤਨੀ ਖੂਬਸੂਰਤ ਗੱਲ ਹੈ ਲੋਕ ਕਹਿੰਦੇ ਨੇ ਕਿ ਮੈਂ ਸਿਰਫ ਪੰਜਾਬੀ ਬੋਲਣਾ ਦੋ ਸ਼ੇਰ ਯਾਦ ਆ ਗਏ ਨੇ ਮੋਟਰਸਾਈਕਲ ਅਤੇ ਆਪਣੇ ਵੱਡਿਆਂ ਦੀ ਛਾਵਾਂ ਦੀ ਕਦਰ ਕਰਨਾ ਬੜੇ ਘੱਟ ਲੋਕਾਂ ਨੂੰ ਪਤਾ ਹੈ ਕਿ ਦੁਸ਼ਮਨ ਕੋ ਵੀ ਸੀਨੇ ਸੇ ਲਗਾਨਾ ਨਹੀਂ ਭੂਲੇ ਹਮ ਆਪਣੇ ਬਜ਼ੁਰਗੋਂ ਕਾ ਜ਼ਮਾਨਾ ਨਹੀਂ ਭੂਲੇ ਔਰ ਤੁਮ ਆਂਖੋਂ ਕੀ ਬਰਸਾਤ ਕੋ ਬਚਾਏ ਹੋਏ ਰੱਖਣਾ ਕੁਛ ਲੋਕ ਅਭੀ ਆਗ ਲਗਾਨਾ ਨਹੀਂ ਭੂਲੇ ਬੜਾ ਮਜ਼ਾ ਆਇਆ ਗੱਲ ਸੁਣ ਕੇ ਅੱਗੇ ਫਿਰ ਆਪਣੀ ਕਹਾਣੀ ਜਾਰੀ ਰੱਖੋ ਫਿਰ ਮੈਂ ਕਿੰਨੀ ਗੱਡੀ ਲੈ ਲਈ 1-5 ਫਿਰ ਉਹਦੇ 'ਤੇ ਮੈਚ ਮੂਚ ਖੇਲਣ ਜਾਣਾ ਸਾਂ ਫਿਰ ਮੈਂ ਤੁਹਾਨੂੰ ਦੱਸਣਾ ਕਿ ਮੈਂ ਨਾ ਸੂਈ ਗੈਸ 'ਚ ਮੈਨੂੰ ਨਾ ਮਿਸਬਾਹ ਭਾਈ ਨੇ ਲਿਆ 1 ਡੇ 'ਚ ਉਹ ਤੁਹਾਨੂੰ ਪਤਾ 1 ਡੇ ਤਕਰੀਬਨ 25 ਕੁ ਦਿਨ ਚੱਲਦਾ ਹੈ ਮੈਂ ਨਾ ਛੁੱਟੀ ਕੰਮ ਤੋਂ ਛੁੱਟੀਆਂ ਕਰ ਮੈਂ ਦੱਸਿਓ ਬਗੈਰ ਹੀ ਨਾ ਮੇਰੇ ਨਾਲ ਮੇਰੇ ਦੋਸਤ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਦਾ ਨਾਮ ਆਇਆ ਪਾਕਿਸਤਾਨ ਸੂਈ ਗੈਸ 'ਚ ਤਾਂ ਗਿਆ ਹੈ ਖੈਰ ਮੈਂ ਜਦੋਂ ਆਇਆ 1 ਡੇ ਟੂਰਨਾਮੈਂਟ ਤੋਂ ਬਾਅਦ ਅਤੇ ਮੈਂ ਕੰਮ 'ਤੇ ਗਿਆ ਅਤੇ ਮੈਨੂੰ ਮਾਲਕ ਕਹਿੰਦਾ ਹੈ ਕਿ ਯਾਰ ਤੂੰ ਇੰਨੇ ਦੇ ਮਹੀਨੇ ਬਾਅਦ ਆਇਆ ਕੰਮ 'ਤੇ ਤੂੰ ਕਿੱਥੇ ਰਿਹਾ ਮੈਂ ਕਿਹਾ ਜੀ ਮੈਂ ਇਸ ਤਰ੍ਹਾਂ ਮੇਰਾ ਨਾਮ ਮੈਂ ਕ੍ਰਿਕਟ ਖੇਡਦਾ ਵਾਂ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਮੇਰਾ ਨਾਮ ਆਇਆ ਇੱਕ ਲੈਵਲ 'ਤੇ ਪਾਕਿਸਤਾਨ ਸੂਈ ਗੈਸ SNGPL 'ਚ ਜਿਹਦੇ 'ਚ ਮਿਸਬਾਹ ਹਫੀਜ ਵਗੈਰਾ ਖੇਡਦੇ ਨੇ ਕਹਿੰਦੇ ਜੀ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਇਹ ਪ੍ਰਾਈਵੇਟ ਚਮੜੀ ਚਾਹੀਦੀ ਹੈ ਕਹਿੰਦੇ ਪ੍ਰਾਈਵੇਟ ਅਦਾਰਾ ਵਾ ਇਹਦੇ 'ਚ ਅਸੀਂ ਅਫੋਰਡ ਨਹੀਂ ਕਰ ਸਕਦੇ ਅਤੇ ਲਿਹਾਜ਼ਾ ਜਾਂ ਤਾਂ ਤੁਸੀਂ ਕ੍ਰਿਕਟ ਖੇਡ ਲਓ ਜਾਂ ਕੰਮ ਕਰ ਲਓ ਮੈਂ ਫਿਰ ਉਹਨੂੰ ਕਿਹਾ ਕੁਛ ਮਜਬੂਰੀਆਂ ਵੀ ਸੀ ਜੋਬ ਜ਼ਰੂਰੀ ਸੀ ਫਿਰ ਮੈਂ ਉਹਨੂੰ ਕਿਹਾ ਕਿ ਸਰ ਮੈਨੂੰ 1 ਅੱਧੇ ਦਿਨ ਦਾ ਟਾਈਮ ਦੇ ਦਿਓ ਮੈਨੂੰ ਕੱਢੋ ਨਾ ਮੈਨੂੰ 1 ਅੱਧੇ ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਕਨਫਰਮ ਕਰ ਦਾਂਗਾ ਅਤੇ ਮੈਂ ਘਰ ਆਇਆ ਮੈਂ ਇੱਕ ਦਿਨ ਲੇਟਿਆ ਮੈਂ ਸੋਚ ਰਿਹਾ ਮੈਂ ਕਿਹਾ ਯਾਰ ਮੇਰਾ ਦਿਲ ਕਹਿੰਦਾ ਸੀ ਕਿ ਯਾਰ ਮੈਂ ਕ੍ਰਿਕਟ ਖੇਡਣਾ ਅਗਰ ਮੈਂ ਉਹਨਾਂ ਦੇ ਨਾਲ ਗਿਆ ਜਿਨ੍ਹਾਂ ਨੇ ਦੁਨੀਆ ਨੂੰ ਅੱਗੇ ਲਾਇਆ ਹੈ ਮਿਸਬਾਹ ਭਾਈ ਹੋਣੀ ਉਹਨਾਂ ਨੇ ਅੱਗੇ ਲਾਇਆ ਅਤੇ ਮੈਂ ਕਿਹਾ ਯਾਰ ਉਹ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਹੈ ਮਤਲਬ ਆਪਣੀ ਟੀਮ 'ਚ ਲਿਆ ਅਤੇ ਮੇਰੇ 'ਚ ਕੁਛ ਹੈ ਅਤੇ ਕੀਤਾ ਅਤੇ ਮੇਰਾ ਦਿਲ ਕਹਿੰਦਾ ਸੀ ਮੈਂ ਕ੍ਰਿਕਟ ਖੇਡਾਂ ਕਿਉਂਕਿ ਮੈਂ ਪਹਿਲੇ ਕੰਮ ਦੇ ਦੌਰਾਨ ਨਾ ਮੈਂ ਪਾਰਟ ਟਾਈਮ ਕ੍ਰਿਕਟ ਖੇਡਦਾ ਸੀ ਕਿਉਂਕਿ ਪ੍ਰੈਕਟਿਸ ਐਡੀ ਅੱਛੀ ਨਹੀਂ ਹੁੰਦੀ ਸੀ ਪ੍ਰੋਫੈਸ਼ਨਲ ਨਹੀਂ ਹੁੰਦੀ ਸੀ ਬਸ ਟਾਈਮ ਪਾਸ ਹੁੰਦੀ ਸੀ ਅਤੇ ਬਸ ਟ੍ਰੇਨਿੰਗ ਕਰਦਾ ਸੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਅਤੇ ਮੈਂ ਫਿਰ ਜਦੋਂ ਉਸ ਸਟੈਂਡਰਡ 'ਤੇ ਆਇਆ ਨਾ ਫਿਰ ਮੈਨੂੰ ਉਸ ਟ੍ਰੇਨਿੰਗ ਦਾ ਮੈਨੂੰ ਫਾਇਦਾ ਹੋਇਆ ਜਦੋਂ ਮੈਂ ਆ ਕੇ ਘਰ ਸੀੜੀਆਂ 'ਤੇ ਦੌੜਨਾ ਫਿਰ ਨੌਕਰੀ ਜਵਾਬ ਦੇ
ਉਹ ਫਿਰ ਮੈਂ ਮੈਨੂੰ ਫੀਲ ਹੋ ਰਿਹਾ ਸੀ ਕਿ ਮੇਰਾ ਦਿਲ ਕਹਿ ਰਿਹਾ ਸੀ ਕਿ ਯਾਰ ਮੈਂ ਨਾ ਕ੍ਰਿਕਟ ਖੇਡਾਂ। ਫਿਰ ਮੈਂ ਉਹਨਾਂ ਨੂੰ ਕਿਹਾ ਸਰ ਸੋਰੀ ਮੈਂ ਕ੍ਰਿਕਟ ਖੇਡ ਸਕਦਾ, ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਮੈਂ ਆਪਣਾ ਕੰਮ ਰਾਤ ਲਾ ਕੇ ਵੀ ਚੱਲ ਜਾ ਕਰੂੰਗਾ, ਜਿਸ ਦਿਨ ਮੇਰਾ ਮੈਚ ਹੋਵੇ ਮੈਂ ਲੇਟ ਗਏ ਮੈਨੂੰ ਪੈਸੇ ਨਾ ਦਿਆ ਕਰੋ, ਮੈਂ ਲੇਟ ਗਏ ਓਵਰ ਟਾਈਮ ਲਾ ਕੇ ਚੱਲ ਜਾ ਕਰਾਂਗਾ। ਅਤੇ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਕਿਹਾ ਠੀਕ ਹੈ ਸਰ ਕੋਈ ਮਸਲਾ ਨਹੀਂ, ਫਿਰ ਮੈਂ ਕੰਮ ਛੋੜ ਦਿੱਤਾ ਥੋੜ੍ਹੇ ਦਿਨ। ਫਿਰ ਮੈਂ ਟੇਬਲ ਖੇਲ ਕੇ ਪੈਸੇ ਕਮਾਉਣੇ, 1,000 ਰੁਪਇਆ ਦੇ ਦਿੱਤਾ ਕਿਸੇ ਨੇ 1,500, ਇਸ ਤਰ੍ਹਾਂ ਕਰਕੇ ਨਾ। ਅਤੇ ਮੈਨੂੰ ਨਾ ਉਹ ਮਜ਼ਾ ਨਹੀਂ ਆਉਂਦਾ ਸੀ ਕਿ ਯਾਰ ਇਹ 'ਚ ਮਜ਼ਾ ਨਹੀਂ ਆਉਂਦਾ, ਕੁਛ ਵੱਡਾ ਕਰਨਾ ਚਾਹੀਦਾ ਯਾਰ। ਫਿਰ ਮੈਨੂੰ ਨਾ ਤੁਹਾਡੇ ਸਰਗੋਧੇ ਦਾ ਹੀ ਅਸਦ ਬਾਈ ਮਿਲੇ, ਮੈਨੂੰ ਇੱਕ ਟੇਬਲ ਦੇ ਮੈਚ 'ਤੇ ਮਿਲੇ। ਅਸਦ ਮਲਕ? ਅਸਦ ਰਜ਼ਾ, ਅਸਦ ਅਲੀ। ਅਸਦ ਅਲੀ ਮਲਕ ਟੇਬਲ ਦੇ ਮੇਰੇ ਮੁਖਾਲਫ ਖੇਡਣ ਆਏ ਸੀ। ਮੈਂ ਨਾ ਫਾਈਨਲ ਮੈਚ ਸੀ, ਬੜੀ ਬੜੀ ਵੱਡੀ ਸਾਈਡ ਆਈ ਸੀ ਮੇਰਾ, ਜਿਹੜਾ ਕਹਿੰਦੇ ਨੀ ਟੇਬਲ 'ਚ ਨਾਮਵਰ ਯਾਸਰ ਨਿਆਜ਼ੀ, ਇਹ ਉਹਨੇ ਨਾਮ ਕਮਾਇਆ ਆਪਣਾ। ਉਹ ਮੈਂ ਆਰਾਮ ਨਾਲ ਉਹਨੂੰ ਇੰਝ ਸਿੱਕੇ ਮਾਰਿਆ ਸਾਂ ਅਸਦ ਬਾਈ ਨੂੰ ਇਸ ਤਰ੍ਹਾਂ। ਅਸਦ ਬਾਈ ਨੇ ਮੈਂ ਕੁਛ ਛਿੱਕਾ ਖਾਧਾ ਹੈ ਅਤੇ ਅਗਲੀ ਬੋਲ ਇੰਨੀ ਕੁ ਤੇਜ਼ ਕੀਤੀ ਹੈ ਕਿ ਮੈਨੂੰ ਵਿਕਟ 'ਤੇ ਗੇਂਦ ਲੱਗ ਗਿਆ ਅਤੇ ਉਦੋਂ ਪਤਾ ਲੱਗਿਆ ਮੈਂ ਬੋਲਡ ਹੋ ਗਿਆ। ਖੈਰ ਮੈਂ ਬਾਹਰ ਆਇਆ ਅਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਉਦੋਂ ਮੈਨੂੰ, ਮੈਂ ਕੈਂਪ 'ਚ ਸੀ ਫੈਸਲਾਬਾਦ ਦੇ, ਮੈਂ ਖੇਡਿਆ ਨਹੀਂ ਸੀ ਉਦੋਂ, ਸਿਰਫ ਕੈਂਪ ਕੀਤਾ ਸੀ। ਮੈਂ 2 50 ਕੀਤੇ ਸੀ ਉਹਨਾਂ ਦੇ ਨਾਲ। ਮੈਨੂੰ ਕਹਿੰਦੇ ਕਿ ਯਾਰ ਅਸ ਗੱਲ ਸੁਣ, ਮੈਂ ਕਿਹਾ ਹਾਂਜੀ। ਕਹਿੰਦੇ ਯਾਰ ਮੈਂ ਤੈਨੂੰ ਕੈਂਪ 'ਚ ਦੇਖਿਆ ਸੀ, ਤੂੰ ਬਹੁਤ ਅੱਛਾ ਖੇਡਦਾ। ਮੈਂ ਕਿਹਾ ਜੀ ਮੈਨੂੰ ਤਾਂ ਆਪਣੇ ਆਪ ਨੂੰ ਨਹੀਂ ਪਤਾ ਜੀ ਮੈਂ ਅੱਛਾ ਖੇਡਦਾ। ਕਹਿੰਦੇ ਨਹੀਂ ਮੈਂ ਤੈਨੂੰ ਕਹਿ ਰਿਹਾ, ਕਹਿੰਦੇ ਤੂੰ ਟੇਬਲ 'ਚ ਕਿੰਨੇ ਪੈਸੇ ਕਮਾ ਲੈਂਦਾ ਹੁੰਦਾ ਸੀਜ਼ਨ ਦਾ? ਮੈਂ ਕਿਹਾ ਜੀ ਇਹ 60-70,000 ਰੁਪਈਆ ਬਸ। ਕਹਿੰਦਾ ਮੈਂ ਸੀਜ਼ਨ ਦਾ ਸਿਰਫ ਆਪਣੇ ਡਿਪਾਰਟਮੈਂਟ ਵੱਲੋਂ ਹੀ, ਉਦੋਂ ਦੀ ਗੱਲ ਹੈ 7-8 ਦੀ ਗੱਲ ਹੈ 2000, ਮੈਂ ਕਹਿੰਦੇ ਮੈਂ 8-9 ਲੱਖ ਰੁਪਇਆ ਕਮਾਉਂਦਾ ਵਾਂ ਇੱਕ ਸੀਜ਼ਨ ਦਾ, 3-4 ਮਹੀਨੇ ਦਾ। ਇਹ ਜ਼ਿਆਦਾ ਜਾਂ ਉਹ ਜ਼ਿਆਦਾ? ਮੈਂ ਕਿਹਾ ਉਹ ਜ਼ਿਆਦਾ। ਮੈਂ ਕਿਹਾ ਤੁਸੀਂ ਵੀ ਟੇਬਲ ਖੇਡ? ਉਹ ਮੈਂ ਤਾਂ ਕਹਿੰਦੇ ਸਰਗੋਧੇ 'ਚ ਹੋ ਰਿਹਾ ਹੈ ਅਤੇ ਮੈਂ ਕਿਸੇ ਦੇ ਕਹਿਣ 'ਤੇ ਆ ਗਿਆ ਮੈਂ ਖੇਡ, ਮੈਂ ਤਾਂ ਨਹੀਂ ਖੇਡਦਾ। ਕਹਿੰਦਾ ਮੈਂ ਜਦੋਂ ਪੀਕ 'ਤੇ ਸਾਂ ਨਾ ਉਦੋਂ ਤੂੰ ਮੈਨੂੰ ਦੇਖਦਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਮੈਨੂੰ ਕਿਹਾ, ਮੇਰੇ ਖਾਨੇ 'ਚ ਦਿਮਾਗ 'ਚ ਗੱਲ ਬੜੀ। ਮੈਂ ਕਿਹਾ ਯਾਰ ਕਿਉਂਕਿ ਮੈਂ ਟੇਬਲ ਖੇਡਦਾ ਸਾਂ, ਕੰਮ ਤੋਂ ਆ ਕੇ ਮੈਨੂੰ ਫਿਰ ਥੋੜ੍ਹੀ ਜਿਹੀ ਬਹੁਤ ਪ੍ਰੈਕਟਿਸ ਕਰ ਲੈਣੀ, ਮੇਰੇ ਟਾਈਮ ਮਿਲ ਜਾਂਦਾ ਸੀ। ਜਦੋਂ ਮੈਂ ਟੇਬਲ ਖੇਡਦਾ ਸੀ ਦੂਸਰੇ ਸ਼ਹਿਰ ਜਾਂਦਾ ਸੀ ਨਾ, ਮੇਰੇ ਕੋਲ 2 ਦਿਨ ਉੱਥੇ ਲੱਗ ਜਾਂਦੇ ਸੀ, ਮੇਰੇ ਕੋਲ ਉਹ ਵੀ ਨਹੀਂ ਸੀ ਪ੍ਰੈਕਟਿਸ ਹੁੰਦੀ। ਫਿਰ ਸੋਚਿਆ ਮੈਂ ਕਿਹਾ ਯਾਰ ਇੱਕ ਚੀਜ਼ ਪਾਉਣ ਲਈ ਮੈਂ ਕੰਮ ਛੱਡਿਆ ਅਤੇ ਮੈਂ ਫਿਰ ਦੂਜੀ ਚੀਜ਼ 'ਚ ਵੜ ਗਿਆ, ਮੈਂ ਉਹ ਟੇਬਲ ਵੀ ਛੱਡ ਦਿੱਤੀ। ਉਹਨੇ ਮੈਨੂੰ ਗੱਲ ਕਹੀ, ਐਸੀ ਗੱਲ ਕਹੀ, ਕਹਿੰਦਾ ਤੂੰ 4-5 ਮਹੀਨੇ ਲਾ ਕੇ ਤਾਂ ਦੇਖ। ਅੱਲਾਹ, ਮੈਂ ਬਿਲਕੁਲ ਛੱਡ ਦਿੱਤੀ। ਇੱਕ ਐਸਾ ਟਾਈਮ ਸੀ ਜੇਬ 'ਚ ਪੈਸੇ ਵੀ ਨਹੀਂ ਸੀ ਹੁੰਦਾ, ਮੈਂ ਫਿਰਦਾ ਹੁੰਦਾ ਸੀ ਪੈਦਲ ਹੀ, ਕਦੀ ਐਨ ਅਤੇ ਮੈਂ ਜਦੋਂ ਫਿਰ ਕਿੰਨੀ T20 ਇੱਕ ਟੂਰਨਾਮੈਂਟ ਹੋ ਰਿਹਾ ਸੀ। ਅਸਲ 'ਤੇ ਨਾ ਗੁਫ਼ਤਗੂ ਜਿਹੜੀ 'ਚ ਨਾ ਅੱਜ ਮੈਨੂੰ ਰੱਬ ਦੀ ਸੌਂ ਮੈਨੂੰ ਥੋੜ੍ਹਾ ਜਿਹਾ ਇਮੋਸ਼ਨਲ ਕਰ ਦਿੱਤਾ ਅਤੇ ਮੈਨੂੰ ਅੱਜ ਪਤਾ ਨਹੀਂ ਸ਼ਾਇਰੀ ਵੀ ਆ ਰਹੀ ਜੀ ਔਰ ਸ਼ਾਇਰੀ ਵੀ ਉਰਦੂ ਦੀ ਆ ਰਹੀ ਹੈ ਕਿ ਕਮਾ ਕਰ ਘਰ ਨਾ ਲਾਊਂ ਤੋ ਮਸਾਇਲ ਔਰ ਬੜਤੇ ਹੈ, ਕਮਾ ਕਰ ਘਰ ਨਾ ਲਾਊਂ ਤੋ ਮਸਾਇਲ ਔਰ ਬੜਤੇ ਹੈ, ਅਗਰ ਤਖਲੀਕ ਵੇਚੂੰ ਤੋ ਹੁਨਰ ਬਾਕੀ ਨਹੀਂ ਰਹਿਤਾ। ਮਿਹਨਤ ਪਾਈ ਹੈ, ਸ਼ੁਕਰ ਹੈ ਕਿ ਮਿਹਨਤ ਪਾਈ ਹੈ, ਬਟ ਆਸਫ ਦੀਆਂ ਗੱਲਾਂ ਸੁਣ ਕੇ ਮੈਂ ਇਸ ਵਕਤ ਆਈ ਐਮ ਰੀਅਲੀ ਇਮੋਸ਼ਨਲ ਐਂਡ ਆਈ ਕੈਨ ਬੈਟ ਦੈਟ ਦਿਸ ਪਰਸਨ ਦਿਸ ਗਾਏ ਵਿਲ ਰੂਲ ਓਵਰ ਦਾ ਕ੍ਰਿਕਟ ਵਨ ਡੇ, ਰਿਮੈਂਬਰ ਇਟ। ਅਤੇ ਮੈਨੂੰ ਤਾਂ ਫਿਰ ਕਿਸ ਤਰ੍ਹਾਂ ਜਾਰੀ ਰਹੀ ਹੈ? ਫਿਰ ਮੈਂ ਇੱਕ ਨਾ ਮੈਚ ਖੇਡ ਰਿਹਾ ਸਾਂ, ਫੈਸਲਾਬਾਦ ਕਲੱਬ ਵੀ ਇੱਕ ਟੌਪ ਦਾ ਕਲੱਬ ਹੈ, ਉਹਦੇ ਮੈਂ ਖਿਲਾਫ਼ ਮੈਚ ਖੇਡ ਰਿਹਾ ਸੀ। ਉਦੋਂ ਸੀਜ਼ਨ ਦੇ ਨਾ 7 ਫਸਟ ਕਲਾਸ ਪਲੇਅਰ ਸੀ ਜਿਹੜੇ ਕਰੰਟ ਸੀਜ਼ਨ ਖੇਡਦੇ ਪਏ ਸੀ ਫੈਸਲਾਬਾਦ, ਉਹ ਇੱਕ ਹੀ ਕਲੱਬ 'ਚ ਖੇਡਦੇ ਸੀ। ਉਹਨਾਂ ਦੇ ਮੈਂ ਖਿਲਾਫ਼ ਫਾਈਨਲ ਮੈਚ ਖੇਡ ਰਿਹਾ ਸੀ ਅਤੇ ਮੈਂ ਕੰਮ ਤੋਂ ਛੁੱਟੀ ਕਰਕੇ ਆਇਆ ਸੀ ਅਤੇ ਕਿਸੇ ਟਾਈਮ ਉੱਥੇ ਕੰਮ ਹੱਥ ਨਾਲ ਵੀ ਕਰਨਾ ਪੈ ਜਾਂਦਾ ਕਿਉਂਕਿ ਫਾਈਨਲ ਇੰਸਪੈਕਸ਼ਨ ਦਾ ਹੁੰਦਾ ਸੀ ਨਾ, ਮੇਰਾ ਕੁਆਲਿਟੀ ਇੰਸਪੈਕਟਰ ਸੀ ਅਤੇ ਉਹ ਚੀਜ਼ਾਂ ਕੁਛ ਐਸੀਆਂ ਸੀ ਆਪਣੇ ਹੱਥ ਨਾਲ ਵੀ ਚੈੱਕ ਕਰਨੀਆਂ ਪੈਂਦੀਆਂ ਸੀ, ਅਤੇ ਉਹ ਮੇਰੇ ਨਾ ਗਰੀਸ ਨਾਖੂਨਾਂ 'ਚ ਵੜੀ ਸੀ, ਲੋਹੇ ਦਾ ਕੰਮ ਸੀ। ਅਤੇ ਮੈਂ ਨਾ ਮੈਚ 'ਤੇ ਚਲੇ ਗਿਆ, ਅਜਾਜ਼ ਜੂਨੀਅਰ ਬਾਈ ਅਤੇ ਸਲਮਾਨ ਬਾਈ ਇਹ ਮੇਰੇ ਵੱਲੋਂ ਖੇਡਦੇ ਪਏ, ਮੁਹੰਮਦ ਸਲਮਾਨ ਜੋ ਹੈ ਟੈਸਟ ਕ੍ਰਿਕਟਰ ਅਤੇ ਦੂਸਰੇ ਕੰਬਾਈਨ ਕ੍ਰਿਟੀਕਲ ਕਲੱਬ ਸੀਗਾ, ਉਹਨੂੰ ਤਲਾ ਵੀ ਖੇਡ ਰਿਹਾ ਸੀ, ਸਾਰੇ ਲੜਕੇ ਜੋ 8-9 ਲੜਕੇ ਫਸਟ ਕਲਾਸ ਪਲੇਅਰਸ, ਉਹਨਾਂ ਨੇ 132 ਕੀਤਾ ਸੀਗਾ 20 ਓਵਰ, 20-20 ਓਵਰ ਸੀ। ਤੁਸੀਂ ਹਿਸਾਬ ਲਾ ਲਓ ਕਿ ਮੈਂ ਅਤੇ ਸਲਮਾਨ ਬਾਈ ਓਪਨਰ ਗਏ ਹਾਂ ਅਤੇ 132 ਸਲਮਾਨ ਬਾਈ ਦਾ 9 ਸਕੋਰ ਸੀ, ਬਾਕੀ ਮੇਰਾ ਹੀ ਸੀ ਅਤੇ ਅਸੀਂ 9-10 ਓਵਰਾਂ 'ਚ ਮੈਚ ਪੂਰਾ ਕਰ ਦਿੱਤਾ ਸੀ। ਅਤੇ ਸਲਮਾਨ ਬਾਈ ਦੇ ਅਤੇ ਜਾਦ ਬਾਈ ਦੇ ਅਲਫਾਜ਼ ਇਹ ਸੀ ਕਿ ਯਾਰ ਕ੍ਰਿਕਟ ਤਾਂ ਤੂੰ ਖੇਡਦਾ, ਸਾਨੂੰ ਤਾਂ ਖੇਡਣੀ ਨਹੀਂ ਆਉਂਦੀ। ਉਹ ਮੈਂ ਕਿਹਾ ਨਹੀਂ ਭਾਇਨ, ਮੈਂ ਤਾਂ ਬਸ
ਇੱਦਾਂ ਹੀ ਮੈਂ ਦੇਖ ਲਓ ਕੰਮ ਤੋਂ ਆਇਆ ਵਾਂ ਜੀ, ਆ ਮੇਰੇ ਹੱਥ ਵੀ ਗੰਦੇ ਆ ਜੀ। ਉਹ ਨਹੀਂ ਨਹੀਂ ਕਹਿੰਦੇ ਆਹ ਕ੍ਰਿਕਟ ਤੂੰ ਖੇਡਦਾ, ਅਸੀਂ ਤਾਂ ਬਸ ਇੱਦਾਂ ਹੀ ਹੈ ਯਾਰ, ਮੈਨੂੰ ਤਾਂ ਸ਼ਰਮ ਆਉਣ ਡੀ ਦੂਜੇ ਐਂਡ 'ਤੇ ਖੜ੍ਹਾ ਕੇ ਕ੍ਰਿਕਟ 'ਤੇ ਆਹ ਖੇਡਣ ਡਿਆ ਮੁੰਡਾ ਦਲੇਰੀ ਨਾਲ। ਮੈਂ ਕਿਹਾ ਯਾਰ ਮੈਨੂੰ ਤਾਂ ਇਹ ਨਹੀਂ, ਮੈਨੂੰ ਦਲੇਰੀ ਕਿਹਨੂੰ ਕਹਿਣ ਡੇ? ਅੱਛਾ ਮੈਨੂੰ ਕਹਿੰਦੇ ਯਾਰ ਰੀਜਨ ਦਾ ਵਨਡੇ ਦਾ ਕੈਂਪ ਆ ਪਰਸੋਂ, ਤੂੰ ਆਉਣਾ ਕੈਂਪ 'ਤੇ। ਮੈਂ ਚਲੇ ਗਿਆ, ਮੈਂ ਚਲੇ ਗਿਆ ਕੰਮ ਤੋਂ ਅੱਗੇ, ਛੁੱਟੀ ਕਰ ਲਈ ਸੀ, ਛੱਡ ਦਿੱਤਾ ਸੀ। ਮੈਂ ਚਲੇ ਗਿਆ ਸਟੇਡੀਅਮ, ਗਿਆ ਫੈਸਲਾਬਾਦ, ਸ਼ਾਹ ਨਜ਼ੀਰ ਭਾਈ ਸੀ ਉਦੋਂ ਖੇਡਦੇ, ਬਾਜਵਾ ਸਾਹਿਬ, ਸ਼ਾਹ ਨਜ਼ੀਰ ਫਾਸਟ ਬੋਲਰ, ਉਹਨੇ ਬਾਜਵਾ ਦਾ ਨਹੀਂ ਮੈਨੂੰ ਸ਼ਾਹ ਭਾਈ ਦਾ ਪਤਾ, ਸ਼ਾਹ ਨਜ਼ੀਰ। ਅਤੇ ਉਦੋਂ ਉਹਨਾਂ ਨੇ ਮੈਨੂੰ ਬੁਲਾਇਆ ਵਨਡੇ ਦੇ ਕੈਂਪ 'ਤੇ, ਅਤੇ ਮੈਂ ਗਿਆ ਵਾਂ, ਅਤੇ ਮੈਨੂੰ ਸਾਰੇ ਮੁੰਡੇ ਨੇ ਨਾ ਮੁਬਾਰਕਬਾਦ ਦਿੱਤੀ, ਅਤੇ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਮੁਬਾਰਕਬਾਦ ਕਿਉਂ ਦੇ ਰਹੇ ਆ, ਮੇਰੇ ਪੋਤੇ ਨਹੀਂ ਹੋ ਗਿਆ ਉਹ। ਮੈਂ ਕਿਹਾ ਯਾਰ ਮੈਂ ਕਿਹੜਾ ਟੀਮ 'ਚ, ਮੈਂ ਵੈਸੇ ਆਇਆ, ਮੈਨੂੰ ਮੁਬਾਰਕਬਾਦ ਦੇ ਰਹੇ ਮੁਬਾਰਕ। ਮੈਂ ਇੱਕ ਬੰਦੇ ਨੂੰ ਪੁੱਛਿਆ ਥੋੜ੍ਹੀ ਜਿਹੀ, ਮੈਨੂੰ ਨਾ ਹੈਲੋ ਆਇਆ ਸੀ, ਮੈਂ ਕਿਹਾ ਯਾਰ ਮੈਨੂੰ ਮੁਬਾਰਕ। ਉਹ ਕਹਿੰਦੇ ਯਾਰ ਤੂੰ ਰੀਜਨ ਦੇ ਕੈਂਪ 'ਤੇ ਆਇਆ ਵਾਂ, ਤੂੰ ਕਿਹੜਾ ਕਿਤੇ ਕਲੱਬ ਦੇ ਕੈਂਪ 'ਤੇ ਤਾਂ ਤੈਨੂੰ ਮੁਬਾਰਕਬਾਦ ਦੇ ਰਹੇ। ਮੈਂ ਕਿਹਾ ਅੱਛਾ ਯਾਰ ਬੜੀ ਮਿਹਰਬਾਨੀ ਯਾਰ ਇਹਨਾਂ ਦੀ। ਅੱਛਾ ਮੈਨੂੰ ਜਦੋਂ ਨੈੱਟ ਮੁੱਕ ਗਿਆ ਮੈਨੂੰ ਪੈਡ ਕਰਾਏ, ਸ਼ਾਹ ਨਜ਼ੀਰ ਭਾਈ ਨੇ ਨਹੀਂ ਮੈਨੂੰ ਦੇਖਿਆ ਸੀ, ਇਹਨਾਂ ਨੇ ਮੈਨੂੰ ਬੋਲਿੰਗ ਕੀਤੀ, ਅਤੇ ਇਹਨਾਂ ਨੇ ਮੈਨੂੰ ਕਿਹਾ ਯਾਰ ਮੁੰਡਾ ਠੀਕ ਹੈ। ਸ਼ਾਹ ਭਾਈ ਨੇ ਫਿਰ ਮੇਰੇ ਨਾਲ, ਮੈਂ ਸ਼ਾਹ ਭਾਈ ਨਾਲ ਦੋ ਕੁ ਟੂਰਨਾਮੈਂਟ ਖੇਡਿਆ T20, ਉਹਨਾਂ ਨੇ ਮੈਨੂੰ ਬਹੁਤ ਬੈਕ ਕਰਦੇ ਸੀ, ਸ਼ਾਹ ਭਾਈ ਬਹੁਤ ਬੈਕ ਕਰਦੇ ਸੀ। ਫਿਰ ਉਸ ਤੋਂ ਬਾਅਦ ਫੈਸਲਾਬਾਦ ਸੁਪਰ 8 ਸੀ, ਅਤੇ ਆਜ਼ਾਦ ਭਾਈ ਨੇ ਨਾ ਕ੍ਰਿਕਟ ਜਦੋਂ ਰਿਟਾਇਰਮੈਂਟ ਲੈ ਲਈ ਨਾ, ਅਤੇ ਕੋਚ ਬਣੇ ਫੈਸਲਾਬਾਦ ਦੇ, ਅਤੇ ਮਿਸਬਾਹ ਭਾਈ ਨੂੰ ਕਹਿੰਦੇ ਯਾਰ ਇਹਨੂੰ ਨਾ ਮੈਚ ਖਿਲਾ ਦੇ। ਮੈਂ ਆਪਣੇ ਕੰਨੀ ਗੱਲਾਂ ਸੁਣ ਰਿਹਾ ਸੀ, ਆਜ਼ਾਦ ਭਾਈ ਕਹਿੰਦੇ ਯਾਰ ਮਿਸਬਾਹ ਭਾਈ, ਮਿਸਬਾਹ ਇਹਨੂੰ ਮੈਚ ਖਿਲਾ ਦੇ। ਮਿਸਬਾਹ ਭਾਈ ਦੇ ਅਲਫਾਜ਼ ਸੀ ਕਿ ਯਾਦ ਜੇ ਅਗਰ ਮੈਂ ਦੂਜੀ ਟੀਮ ਦਾ ਕਪਤਾਨ ਹੋਵਾਂ, ਤਾਂ ਮੈਂ ਸਪਿਨਰ ਮੈਨੂੰ ਇੰਨੇ ਅੱਛੇ ਨਹੀਂ ਸੀ ਖੇਡਣ, ਮੈਂ ਫਾਸਟ ਬੋਲਰ ਅੱਛੇ ਖੇਡਦਾ ਸੀ ਪਹਿਲੇ, ਉਹਦੇ ਅਲਹਮਦੁਲਿਲਾ ਬਹੁਤ ਕਵਰ ਕਰ ਲਏ, ਤੁਸੀਂ ਦੇਖ ਲਿਆਉਣਾ ਪਾਕਿਸਤਾਨ ਕੱਪ 'ਚ, ਕਿਉਂਕਿ ਸਪਿਨ ਵਿਕਟਾਂ ਸੀ, ਸਾਰੇ ਸਪਿਨਰ ਖੇਡਿਆ, 200 ਕੀਤੇ, 150 ਕੀਤਾ। ਅਤੇ ਗੱਲ ਕਰਨ ਦਾ ਮਕਸਦ ਕਿ ਜਿਸ ਚੀਜ਼ ਜਿਹੜੀ ਚੀਜ਼ ਕਮਜ਼ੋਰ ਸੀ ਉੱਤੇ ਮੈਂ ਵਰਕ ਕੀਤਾ, ਅਤੇ ਕਹਿੰਦੇ ਮੈਂ ਦੂਜੀ ਟੀਮ ਦਾ ਕਪਤਾਨ ਹਾਂ, ਅਤੇ ਮੈਂ ਪਹਿਲਾਂ ਓਵਰ ਸਪਿਨਰ ਨੂੰ ਲਾ ਦਾਂਗਾ। ਆਜ਼ਾਦ ਭਾਈ ਕਹਿੰਦੇ ਯਾਰ ਮਿਸਬਾਹ ਇਹਨੂੰ ਮੈਚ ਖਿਲਾ ਦੇ, ਜੇ ਕੁਛ ਨਾ ਕਰੇਗਾ ਨਾ ਤਾਂ ਮੈਂ ਫੈਸਲਾਬਾਦ ਹੀ ਮੈਚ ਹੋ ਰਿਹਾ, ਇਹਨੂੰ ਮੈਂ ਮੈਚਾਂ 'ਤੇ ਨਹੀਂ ਬੁਲਾਵਾਂਗਾ, ਇਹਨੂੰ ਵਾਪਸ ਭੇਜ ਦਾਂਗਾ। ਅੱਛਾ ਚਲੋ ਠੀਕ ਹੈ ਤੇਰੇ ਕਹਿਣ 'ਤੇ। ਫਿਰ ਉਹਨਾਂ ਨੇ ਮੈਨੂੰ ਮੈਚ ਖਿਲਾਇਆ, ਅਲਹਮਦੁਲਿਲਾ ਡੈਬਿਊ ਮੈਚ 100 ਕੀਤਾ। ਯਕੀਨ ਕਰੋ ਕਿ ਉਦੋਂ ਦੇ ਮਿਸਬਾਹ ਭਾਈ ਮੈਨੂੰ ਲੈ ਕੇ ਚੱਲਦੇ ਪਏ ਨਾਲ, ਬਸ ਅੱਲਾਹ ਪਾਕ ਦੀ ਰਹਿਮਤ ਆ, ਉਹਨਾਂ ਦਾ ਬਹੁਤ ਸ਼ੁਕਰੀਆ ਵੀ ਹੈ। ਅੱਛਾ ਹੁਣ ਅਸੀਂ ਅਸਲ ਪੁਆਇੰਟ ਲਾਉਂਦੇ ਹਾਂ, ਫਿਰ ਵਕਤ ਆਸਫ ਤਾਂ ਠੱਪਾ ਲੱਗਾ ਹੋਇਆ T20 ਪਲੇਅਰ ਦਾ, ਕਿਆ ਜ਼ਿਹਨ 'ਚ ਬਿਠਾਇਆ ਹੋਇਆ ਆਸਫ ਨੇ ਕਿ ਉਹਨੇ ਵਨਡੇ ਵੀ ਖੇਡਣਾ ਅਤੇ ਟੈਸਟ ਮੈਚ ਵੀ ਖੇਡਣਾ? ਮੈਂ ਮਿਹਨਤ ਤਾਂ ਮੈਂ 4 ਡੇ ਵਨਡੇ ਦੀ ਵੀ ਕਰ ਰਿਹਾ, ਅਤੇ ਮੈਂ ਫਿਰ ਉਹੀ ਕਹਾਂਗਾ, ਮੈਂ ਜਿਹੜਾ ਮਾਇੰਡ ਸੈੱਟ ਬਣਾਇਆ ਨਾ, ਤੁਸੀਂ ਪਾਕਿਸਤਾਨ ਕੱਪ 'ਚ ਦੇਖਿਆ ਹੋਣਾ, ਚਾਹੇ ਜਿਸ ਤਰ੍ਹਾਂ ਦੀ ਤੁਸੀਂ ਆਪਣੇ ਵਿਹੜੇ 'ਚ ਵੀ ਖੇਡਦੇ ਹੋ ਨਾ, 100-100 ਹੀ ਹੁੰਦਾ ਜੀ। 100 ਤਾਂ ਮੈਂ ਕਹਿੰਦਾ ਹੁੰਦਾ, ਚੌਂਕ 'ਚ ਯਾਰ ਮਜ਼ਦੂਰ ਲੈ ਕੇ ਕਰ ਕਰੋ, ਉਹ ਵੀ 100 ਹੀ ਹੁੰਦਾ। ਗੱਲ ਇਹ ਕਿ 100 ਤਾਂ ਫਿਰ 100 ਵੀ ਹੁੰਦਾ ਨਾ, ਹੁਣ ਦੋਨਾਂ 'ਚ ਇੱਕ 'ਚ 140, ਇੱਕ 'ਚ 122, ਗੱਲ ਇਹ ਕਿ 100 ਜਿਵੇਂ ਦੀ ਮਰਜ਼ੀ ਵਿਕਟ ਬੈਟਿੰਗ ਟਰੈਕ ਹੈ ਜੋ ਵੀ ਹੈ, ਬਾਕੀਆਂ ਟੀਮਾਂ ਦੇ ਵੇਚੋ ਕਿਉਂ ਨਹੀਂ, ਦੋ ਦੋ ਸਾਰਿਆਂ ਨੇ ਦੋ ਦੋ ਕਰ ਲਏ। ਗੱਲ ਕਰਨ ਦਾ ਮਕਸਦ ਕਿ ਮਾਇੰਡ ਸੈੱਟ ਇੱਕ ਬਣਾਇਆ ਕਿ ਯਾਰ ਹੁਣ ਨਾ ਥੋੜ੍ਹੀ ਜਿਹੜੀ ਵੱਡੀ ਕ੍ਰਿਕਟ ਹੈ T20 ਤੋਂ ਇਲਾਵਾ ਉਹ ਵੀ ਖੇਡਣੀ ਹੈ, ਮਾਇੰਡ ਸੈੱਟ ਹੈ, ਮਿਹਨਤ ਉੱਦਾਂ ਦੀ ਕਰ ਰਹੇ ਹਾਂ। ਅੱਲਾਹ ਪਾਕ ਨੇ ਨਸੀਬ 'ਚ ਲਿਖਿਆ ਹੈ, ਜਿਵੇਂ T20 ਲਿਖਿਆ ਸੀ ਖੇਡ ਗਏ ਹਾਂ, ਵਨਡੇ ਲਿਖਿਆ ਉਹ ਵੀ ਖੇਡ ਜਾਵਾਂਗੇ, ਟੈਸਟ ਲਿਖਿਆ ਟੈਸਟ ਵੀ ਖੇਡ ਜਾਵਾਂਗੇ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਫਹੀਮ ਕੱਲ੍ਹ ਖੇਡਿਆ, ਬਹੁਤ ਮੈਨੂੰ ਖੁਸ਼ੀ ਹੋਈ ਕਿਉਂਕਿ ਮੈਂ ਉਹਦੇ ਨਾਲ ਹੀ ਸਾਰੀ ਕ੍ਰਿਕਟ ਖੇਡਿਆ, ਕਿਉਂਕਿ ਮੇਰੀ ਰੀਜਨ ਦਾ ਉਹ ਡਿਜ਼ਰਵ ਵੀ ਕਰਦਾ ਸੀ, ਕਿਉਂਕਿ ਉਹਨੇ ਵਨਡੇ ਟੂਰਨਾਮੈਂਟ 'ਚ ਰੀਜਨ ਡਿਪਾਰਟਮੈਂਟ ਟੋਪ ਕੀਤਾ, ਫਿਰ PSA 'ਚ ਟੋਪ ਕੀਤਾ। ਮੈਨੂੰ ਇੱਕ ਸੀਕਰਟ ਜਿਹੜਾ ਮੈਂ ਜ਼ਰੂਰ ਦੱਸਣਾ ਚਾਹਾਂਗਾ, ਬੇਸ਼ੱਕ ਤੁਸੀਂ ਪੂਰਾ ਜਾਇਜ਼ਾ ਲੈ ਕੇ ਵੇਖ ਲਓ, ਜਿਹੜੇ ਲੜਕੇ ਫੈਸਲਾਬਾਦ ਰੀਜਨ 'ਚ ਜਾਂ ਸੂਈ ਗੈਸ ਦੇ ਵਿੱਚ ਮਿਸਬਾਹ ਉੱਲਾਹ ਦੀ ਕਿਆਦਤ ਦੇ ਵਿੱਚ ਗਰੋ ਹੋਏ ਨੇ, ਉਹ ਇਨਸਾਨ ਦੇ ਬੱਚੇ ਵੀ ਨੇ, ਉਹ ਬਿਹਤਰੀਨ ਕ੍ਰਿਕਟਰ ਵੀ ਨੇ, ਉਹ ਉਹਨਾਂ 'ਚ ਮੈਨਰਸ ਵੀ ਨੇ, ਉਹਨਾਂ 'ਚ ਅਦਬ ਵੀ ਹੈ। ਅਤੇ ਮਿਸਬਾਹ ਉੱਲਾਹ ਬੜੀ ਵੱਡੀ ਅਕੈਡਮੀ ਹੈ, ਚਾਹੇ ਲੋਕ ਕਹਿੰਦੇ ਰਹਿਣ ਕਿ ਆਫਤਾਬ ਤਾਬੀ ਅਤੇ ਮਿਸਬਾਹ ਦੇ ਗਾਣੇ ਗਾਉਂਦਾ, ਮੈਂ ਗਾਵਾਂਗਾ ਔਰ ਉਹਨੂੰ ਸਲੂਟ ਕਰਾਂਗਾ। ਹਾਂਜੀ ਮੈਂ ਇੱਕ ਚੀਜ਼ ਐਡ ਕਰਦਾ ਮਿਸਬਾਹ ਬਾਈ ਦੀ ਲਾਈਫ ਦੇ ਬਾਰੇ 'ਚ, ਯਕੀਨ ਕਰੋ ਕਿ ਅਗਰ ਸਾਡੇ ਕੋਲ ਕਿਤੇ ਮਿਸਟੇਕ ਹੁੰਦੀ ਹੈ ਨਾ,
ਅਸੀਂ ਇਹ ਸੋਚਦੇ ਹਾਂ ਕਿ ਯਾਰ ਕਿਤੇ ਮਿਸਬਾਹ ਭਾਈ ਇਹ ਨਾ ਕਹੇ ਕਿ ਅਸੀਂ ਤੇਰੀ ਤੁਹਾਡੀ ਤਰਬੀਅਤ ਇੰਜ ਦੀ ਕੀਤੀ ਹੈ ਯਾਰ ਕ੍ਰਿਕਟ 'ਚ, ਵਾਹ ਵਾਹ, ਕਿ ਯਾਰ ਤੁਸੀਂ ਇਹ ਕਰਨ ਦੇ, ਤੁਸੀਂ ਇਹ ਸਿੱਖਿਆ ਸਾਡੇ ਕੋਲ, ਵਾਹ ਵਾਹ, ਅਤੇ ਯਕੀਨ ਕਰੋ ਅਸੀਂ ਇਸ ਲਈ ਇਹ ਚੀਜ਼ਾਂ ਜੀ ਅੱਲਾਹ ਦਾ ਸ਼ੁਕਰ ਅੱਜ ਦੀ ਚੀਜ਼ ਰਹੀਦਾ, ਕੋਈ ਬੁਰਾ ਵੀ ਕਹਿ ਦੇਣਾ ਕਿ ਯਾਰ ਠੀਕ ਹੈ ਤੇਰੀ ਮਿਹਰਬਾਨੀ ਹੈ। ਕ੍ਰਿਕਟ ਦੇ ਬਾਰੇ 'ਚ ਕਿਤੇ ਮੈਚ ਖੇਡ ਰਹੇ ਹੋਏ ਮਿਸਬਾਹ ਭਾਈ ਦੇ ਨਾਲ, ਉਸ ਤੋਂ ਇਲਾਵਾ ਵੀ ਰੀਜਨ 'ਚ ਖੇਡਦੇ ਹੋਏ, ਬਥੇਰੇ ਲੋਕ ਗੱਲਾਂ ਪਹੁੰਚਾਉਣ ਵਾਲੇ ਹੋ ਜਾਂਦੇ ਕਿ ਬਦਤਮੀਜ਼ ਜਾਂ ਅੱਛਾਈ ਵਾਲੀ ਗੱਲ ਕੋਈ ਨਹੀਂ ਦੱਸਦਾ, ਠੀਕ ਹੈ, ਛੋਟੀ ਜਿਹੀ ਵੀ ਮਿਸਟੇਕ ਹੋਈ ਉਹ ਤਾਂ ਫੌਰਨ ਪਹੁੰਚ ਜਾਂਦੀ ਹੈ ਨਾ। ਅਤੇ ਗੱਲ ਕਰਨ ਦਾ ਮਕਸਦ ਕਿ ਕੋਸ਼ਿਸ਼ ਇਹੀ ਕਰੀ ਦੀ ਹੈ ਕਿ ਮਿਸਬਾਹ ਭਾਈ ਕਦੀ ਇਹ ਨਾ ਕਹਿਣ ਕਿ ਯਾਰ ਤੁਹਾਡੀ ਤਰਬੀਅਤ ਅਸੀਂ ਇਹ ਕੀਤੀ ਹੈ, ਤੁਸੀਂ ਇਹ ਸਿੱਖਿਆ ਸਾਡੇ ਕੋਲ, ਅਤੇ ਕੋਸ਼ਿਸ਼ ਕਰੀ ਦੀ ਕਿ ਯਾਰ ਜਿਵੇਂ ਦੇ ਉਹ ਮਾਇੰਡ ਸੈੱਟ ਨਾਲ ਕ੍ਰਿਕਟ ਦੇ ਵਿੱਚ ਲਾਈਫ ਇੱਕ ਬੰਦੇ ਦੀ ਆਪਣੀ ਵੀ ਹੈ ਨਾ, ਫੈਮਿਲੀ ਉਹ ਤਾਂ ਇੱਕ ਹੈ ਨਾ, ਜਿਹੜੀ ਕ੍ਰਿਕਟ ਦੀ ਲਾਈਫ ਹੈ ਨਾ ਉਹ ਲੈਦਾ ਹੀ ਹੈ ਇੱਕ, ਠੀਕ ਹੈ, ਉਹ ਆਮ ਬੰਦਾ ਨਹੀਂ ਜਾਣ ਸਕਦਾ ਕਿ ਇਹ ਸ਼ੋਹਰਤ ਕਮਾਉਣਾ ਇੱਕ ਮੁਕਾਮ 'ਤੇ ਪਹੁੰਚਣਾ ਸਿਰਫ ਕ੍ਰਿਕਟ ਖੇਲ ਕੇ ਨਹੀਂ ਆਉਂਦਾ, ਇੱਕ ਬੰਦੇ ਦੇ ਜੋ ਉਹਦਾ ਬੰਦੇ ਦਾ ਕਿਰਦਾਰ ਹੁੰਦਾ, ਉਹਦਾ ਰਵੱਈਆ, ਐਟੀਟਿਊਡ ਜੋ ਜਿਹੜਾ ਹੁੰਦਾ ਹੈ ਨਾ, ਉਹ ਚੀਜ਼ ਵੀ ਬੜੀ ਕਾਊਂਟ ਕਰਦੀ ਹੈ। ਮੈਂ ਇੱਕ ਚੀਜ਼ ਦੇਖੀ ਜਿਹੜੀ ਮਿਸਬਾਹ ਭਾਈ ਦੇ ਅੰਦਰ, ਮੈਨੂੰ ਬਹੁਤ ਸਾਰੇ ਕਹਿੰਦੇ ਸੀ ਲੋਕ, ਕੋਚ ਵੀ ਕਹਿੰਦੇ ਸੀ ਟੈਲੈਂਟ ਜ਼ੀਰੋ, ਦਿਮਾਗ ਬਹੁਤ ਵੱਡਾ, ਵਾਹ, ਠੀਕ ਹੈ। ਗੱਲ ਕਰਨ ਦਾ ਮਕਸਦ ਇਹ ਕਿ ਅਗਰ ਟੈਲੈਂਟ ਨਹੀਂ ਹੈ ਤਾਂ ਐਡਾ ਵੱਡਾ ਬੰਦਾ ਬਣ ਸਕਦਾ ਹੈ? ਬਾਈ ਜੈਫਰੀ ਬਾਈਕਾਟ ਨੇ ਅੱਜ ਤੋਂ ਕੁਝ ਸਾਲ ਪਹਿਲੇ ਕਿਹਾ ਸੀ ਕਿ ਇਹ ਬੰਦਾ 1000 ਸਾਲ ਤੱਕ ਕ੍ਰਿਕਟਰ ਨਹੀਂ ਬਣ ਸਕਦਾ, ਅਤੇ ਮੈਂ ਤਾਂ ਮਿਸਬਾਹ ਨਾਲ ਬਹੁਤ ਟਾਈਮ ਗੁਜ਼ਾਰਿਆ, ਮੈਂ ਉਹੀ ਗੱਲ ਕਰ ਰਿਹਾ, ਉਹਨੇ ਫਿਰ ਦੱਸਿਆ ਕਿ ਮੈਂ ਬਣ ਸਕਦਾ ਕਿ ਨਹੀਂ ਬਣ ਸਕਦਾ। ਮੈਂ ਉਹੀ ਤਾਂ ਗੱਲ ਕਰ ਰਿਹਾ ਨਾ, ਉਹਨਾਂ ਦਾ ਜੋ ਉਹਨਾਂ ਦੀ ਹੁੰਦੀ ਹੈ ਨਾ ਕਮਿਟਮੈਂਟ ਹੁੰਦੀ ਜਿਹੜੀ ਨਾ, ਯਾਰ ਮੈਂ ਮਿਸਾਲ ਦਿੰਦਾ ਨਾ, ਫੈਸਲਾਬਾਦ ਆਪਣੇ ਕਲੱਬ ਦੇ ਬੱਚਿਆਂ ਨੂੰ ਕਹਿੰਦੇ ਯਾਰ 100 ਬਾਲ ਪਿਆ ਨਾ ਅਤੇ 2 ਸਕੋਰ ਪਏ ਆ, ਅਤੇ ਮਿਸਬਾਹ ਭਾਈ ਕਹਿੰਦੇ ਨਹੀਂ, ਜਿਹਦੇ ਤੋਂ ਸਕੋਰ ਪੂਰਾ ਨਹੀਂ ਨਾ ਹੁੰਦਾ ਤਾਂ ਮੈਂ ਨਹੀਂ ਹਰੇ। ਅਤੇ ਮੈਂ ਕਹਿਣ ਦਾ ਮਤਲਬ ਕਿ ਉਹਨਾਂ ਦੀ ਕਮਿਟਮੈਂਟ ਇੰਨੀ ਕੁ ਤਗੜੀ ਹੈ ਨਾ ਕਿ ਕੋਈ ਬੰਦਾ ਕਹਿੰਦਾ ਕਿ ਯਾਰ ਇਹਦੇ ਵਰਗਾ ਨਹੀਂ ਬਣ ਸਕਦਾ ਕੋਈ ਵੀ ਦਿਮਾਗੀ ਤੌਰ 'ਤੇ, ਠੀਕ ਹੈ। ਸਾਰੇ ਪਲੇਅਰ ਸੀਨੀਅਰ ਜਿਹੜੇ ਆ ਨਾ ਉਹ ਇੱਕ ਮੁਕਾਮ 'ਤੇ ਪਹੁੰਚੇ ਕਿਸੇ ਆਪਣੇ ਐਸੀ ਚੀਜ਼ਾਂ ਦੀ ਵਜ੍ਹਾ ਤੋਂ ਜਿਹੜੀ ਰੱਬ ਨੂੰ ਉਹਨਾਂ ਨੂੰ ਰੱਬ ਅੱਲਾਹ ਪਾਕ ਨੂੰ ਅੱਛੀ ਲੱਗਦੀ ਹੈ। ਸਾਰੇ ਮਤਲਬ ਕਾਮਰਾਨ ਅਕਮਲ ਹੈ, ਜਿੰਨੇ ਵੀ ਹੈ, ਜਿੰਨੇ ਵੀ ਪਾਕਿਸਤਾਨ ਦੇ ਸੀਨੀਅਰ ਪਲੇਅਰ ਨੇ ਸਾਰੇ। ਵੈਸੇ ਆਸਫ ਅਲੀ ਨੇ ਕਿਹਨੂੰ ਵੇਖ ਕੇ ਬੈਟਿੰਗ ਸ਼ੁਰੂ ਕੀਤੀ, ਤੁਹਾਡੇ ਕੌਣ ਆਈਡੀਆ? ਮੈਂ ਤੁਹਾਨੂੰ ਇੱਕ ਆਪਣੀ ਇੱਕ ਪਰਸਨਲ ਗੱਲ ਦੱਸਾਂ, ਮੈਂ ਯਕੀਨ ਕਰੋ ਮੈਂ ਕਿਸੇ ਚੀਜ਼ ਕਿਸੇ ਬੰਦੇ ਨੂੰ ਨਹੀਂ ਦੇਖਦਾ। ਮੈਨੂੰ ਇਹ PSL 'ਚ ਵੀ ਸਵਾਲ ਹੋਇਆ ਸੀ ਸਾਡੀ ਟੀਮ ਮੀਟਿੰਗ 'ਚ ਕਿ ਤੇਰਾ ਆਈਡੀਅਲ ਕ੍ਰਿਕਟਰ ਕੌਣ ਹੈ ਜਾਂ